ਓ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਸ਼ਸ਼ੀਕਾਲ ਸਾਰਿਆਂ ਨੂੰ ਸ਼ਸ਼ੀਕਾਲ ਸ਼ਸ਼ੀਕਾਲ ਈਵਨਿੰਗ ਲੋ ਜੀ ਕੋਣ ਕੋਣ ਆ ਗਿਆ ਭਈ ਵੈਲਕਮ ਸੋ ਨਾਲੀ ਵਰਮਾ ਤੇ ਸ਼ੁਭਦੀਪ ਤੇ ਨੀਸ਼ਾ ਨੀਸ਼ਾ ਕੀ ਕਹਿ ਰਹੀ ਹੈ ਭਈ ਕਹਿੰਦੇ ਇਹ ਟੋਪਿਕ ਬਹੁਤ ਟਫ ਲੱਗਦਾ ਸਰ ਸਾਨੂੰ ਜਲਦੀ ਆ ਜਾਓ ਕਹਿੰਦੇ ਯਾਦ ਕਰਨਾ ਇਹਨੂੰ ਆਜ ਲੋ ਜੀ ਅੱਜ ਦੀ ਕਲਾਸ ਵਿੱਚ 6:09 ਹੋਇਆ ਚਲੋ ਜੀ 6:09 ਤੋਂ ਬਾਅਦ ਮੈਂ ਇਹ ਲੜੋ ਵੀ 7:00 ਤੋਂ ਪਹਿਲਾਂ-ਪਹਿਲਾਂ ਇਹ ਟੌਪਿਕ ਨੂੰ ਸਾਰਾ ਸਾਰਾ ਦਿਮਾਗ 'ਚ ਫਿੱਟ ਕਰ ਦੂੰਗਾ ਹੈ ਟੌਪਿਕ ਕੀ ਅੱਜ ਟੌਪਿਕ ਹੈਗਾ ਜੀ ਕਰੰਟ ਅਫੇਅਰ ਦਾ ਅੱਜ ਹੈਗਾ ਸ਼ੁੱਕਰਵਾਰ ਸ਼ੁੱਕਰਵਾਰ ਵਾਲੇ ਦਿਨ ਰੱਖੀ ਹੁੰਦੀ ਆ ਆਪਾਂ ਕਰੰਟ ਅਫੇਅਰ ਦੀ ਕਲਾਸ ਕਰੰਟ ਅਫੇਅਰ ਮਤਲਬ ਕਰੰਟ ਅਫੇਅਰ ਜਿਹੜਾ ਰੀਸੈਂਟਲੀ ਚੱਲ ਰਿਹਾ ਹੈ ਉਹ ਮੈਂ ਅੱਜ ਕੁਝ ਨਵਾਂ ਟਵਿਸਟ ਲੈ ਕੇ ਆਇਆ ਸੀਗਾ ਮੇਰਾ ਮਕਸਦ ਸੀ ਵੀ ਸਪੋਰਟਸ ਨੂੰ ਸਟਰੋਂਗ ਕਰਾਈਏ ਕਈ ਸਟੂਡੈਂਟਾਂ ਦਾ ਫੀਡਬੈਕ ਆ ਰਿਹਾ ਹੈ ਸਰ ਸਪੋਰਟਸ ਕਮ ਟੇਡਾ ਹੈ ਹੱਤ ਟੇਡਾ ਹੈ ਹਨਾ ਸਾਂ ਕਰਕੇ ਆਪਾਂ ਗੱਲ ਕਰੀਏ ਸਪੋਰਟਸ ਦੇ ਕਰੰਟ ਅਫੇਅਰ ਲੈ ਆਏ ਵੀ 2024 ਵਿੱਚ ਕੀ ਕੀ ਸਪੋਰਟਸ ਦੇ ਰਿਲੇਟਡ ਕਰੰਟ ਅਫੇਅਰ ਦੀ ਗੱਲਾਂ ਹੋ ਗਿਆ ਹੈ ਔਰ 2023 ਵਿੱਚ ਕਿਹੜੇ ਕਿਹੜੇ ਕਿੰਨੇ ਕਿੰਨੇ ਵਨ ਕਰ ਲਿਆ ਕਿਤੇ ਕਿਤੇ ਹੋਸਟ ਹੋਇਆ ਸਾਰਾ ਕੁਝ ਪੜਾਂਗੇ ਰੇਡੀਓ ਸਾਰੇ ਜਣੇ ਤਾਂ ਸਭ ਨਾਲ ਪਹਿਲਾਂ ਕਲਾਸ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਨਾਲ ਦੇ ਨਾਲ ਜਾਂਦੇ ਜਾਂਦੇ ਕਮੈਂਟ ਵੀ ਕਰ ਜਿਓ ਚਲੋ ਜੀ ਆਗੇ ਵੀ ਏਡੀਓ ਆਗੇ ਸਾਰੇ ਚਲੋ ਜੀ ਕਰੀਏ ਸਟਾਰਟ ਅੱਜ ਦੀ ਕਲਾਸ ਟੋਪਿਕ ਦਾ ਨਾਮ ਲਿਖ ਲਓ ਵੀ ਸਪੋਰਟਸ ਵੀਕਲੀ ਕਰੰਟ ਅਫੇਅਰ ਮਤਲਬ ਪੂਰਾ ਦਾ ਪੂਰਾ ਆਏ ਲਾੜੋ ਵੀ ਕਰੰਟ ਅਫੇਅਰ ਦੇ ਜੋਰ ਲਾਵਾਂਗੇ ਅਜ ਪੂਰਾ ਪੂਰਾ ਤਾਂ ਪ੍ਰੀਤ ਜਸ ਆ ਗਈ ਜਗ ਜਗਰਾਜ ਕੀਰਤ ਆ ਗਈ ਸਾਰੇ ਜਣੇ ਆ ਚੁੱਕੇ ਐ ਤਾਂ ਕਰਦੇ ਆ ਅੱਜ ਦੀ ਕਲਾਸ ਸਟਾਰਟ ਚਲੋ ਵੀ ਤਾਂ ਗੱਲ ਸੁਣ ਲੋ ਪਹਿਲਾਂ ਵੀ ਇਸ ਦੀ ਪੀਡੀਐਫ ਮਿਲਣੀ ਹੈ ਤੁਹਾਨੂੰ ਇਸ ਟੈਲੀਗ੍ਰਾਮ ਤੇ ਮਿਲ ਜੂਗੀ ਕਿਹੜਾ ਜੀਕੇ ਵਿਦ ਸੌਰਵ ਅਰੋੜਾ ਚਲੋ ਜੀ ਪੀਡੀਐਫ ਤੁਹਾਡੇ ਸਾਹਮਣੇ ਹੈ ਟੈਲੀਗ੍ਰਾਮ ਫੇਰ ਅਗੇਨ ਦੱਸ ਰਹੇ ਜੀਕੇ ਵਿਦ ਸੌਰਵ ਅਰੋੜਾ ਲਿੰਕ ਤੁਹਾਨੂੰ ਇੱਥੇ ਦਿੱਤਾ ਹੋਇਆ ਹੈ ਠੀਕ ਹੈ ਜੀ ਪਹਿਲਾ ਕੁਐਸਚਨ ਸਕਰੀਨ ਤੇ ਪਹਿਲਾ ਕੁਐਸਚਨ ਸਕਰੀਨ ਤੇ ਕਹਿੰਦਾ ਹੂ ਮਤਲਬ ਹੂ ਹੂ ਮਤਲਬ ਕੌਣ ਸਾਰੇ ਰੈਡੀ ਆ ਭਾਈ ਕਹਿੰਦੇ ਹੂ ਬਿਕਮ ਦਾ 5th ਪੰਜਵਾਂ ਸਪੋਰਟਸ ਰਿਲੇਟਡ ਹੈ 5th ਮਤਲਬ ਪੰਜਵਾਂ ਹਾਈਸਟ ਰਨ ਸਕੋਰਰ ਇਨ ਇੰਟਰਨੈਸ਼ਨਲ ਕ੍ਰਿਕਟ ਇਹ ਆ ਕਿਹੜਾ ਬੰਦਾ ਹੈ ਭਾਈ ਇਹਨਾਂ ਚੋਂ ਜਿਹੜਾ ਪੰਜਵਾਂ ਰੈਂਕ ਲੈ ਗਿਆ ਮੈਂ ਕਹਿੰਦਾ ਹਾਈएस्ट ਰਨ ਤੇ ਵੀ ਸਕੋਰਿੰਗ ਹੀ ਸਕੋਰਿੰਗ ਬਣਾ ਗਿਆ ਤਾਂ ਤੁਹਾਨੂੰ ਨਾਮ ਪੜਦੇ ਹੀ ਚਾਰਾਂ ਚੋਂ ਨਾਮ ਪੜਦੇ ਹੀ ਇਹ ਐਮ ਐਸ ਧੋਨੀ ਰਹਿਣੇ ਰੋਹਿਤ ਸ਼ਰਮਾ ਜਾਂ ਵਿਰਾਟ ਕੋਹਲੀ ਤਾਂ ਚਾਰਾਂ ਚੋਂ ਇੱਕ ਨਾਮ ਬੜਾ ਟਵਿਸਟੀ ਲੱਗ ਰਿਹਾ ਹੈ ਦੇਖਦੇ ਹੀ ਆਨਸਰ ਆ ਰਿਹਾ ਭਾਈ ਵੇਖਦੇ ਮੈਂ ਕਹਿੰਦਾ ਜਿਵੇਂ ਹੀ ਤੁਹਾਡੇ ਸਾਹਮਣੇ ਪੇਪਰ ਆਇਆ ਜੇ ਹੀ ਕੁਐਸਚਨ ਆ ਗਿਆ ਤੁਸੀਂ ਨਾਲ ਦੇ ਨਾਲ ਪੇਪਰ ਨੂੰ ਆ ਟੱਕ ਕਰਕੇ ਪਾੜ ਨਾ ਦਿਓ ਇਹਨਾਂ ਸੌਖਾ ਕੁਐਸਚਨ ਪਾਤਾ ਮੈਂ ਕਹਿੰਦਾ ਗੁੱਡ ਇਵਨਿੰਗ ਗੁੱਡ ਇਵਨਿੰਗ ਤਾਂ ਜਲਦੀ ਜਲਦੀ ਆਨਸਰ ਦਿਓ ਭਾਈ A B C D ਰਸੋਬੇ ਦੱਸੋ ਬਹੁਤ ਹੀ ਸੋਖਾ ਕੁਐਸਚਨ ਹੈ ਸਟਾਰਟਿੰਗ ਸਟਾਰਟਿੰਗ ਚ ਮੈਂ ਸੱਚੀ ਸੋਖੇ ਸੋਕੇ ਤਾਂ ਕਰਕੇ ਬਣਾਉਣਾ ਹੈ ਵੀ ਮੋਲ ਬਨ ਜਾਵੇ ਹੈ ਕਹਿੰਦੇ ਸਰ ਪਹਿਲਾਂ ਇਹਨਾਂ ਸੋਖਾ ਕੁਐਸਚਨ ਪਾਤਾ ਧਿਆਨ ਨਾਲ ਪੜੋ ਵੀ ਕਈ ਨੂੰ ਤਾਂ ਇਹ ਵੀ ਨਹੀਂ ਪਤਾ ਉਹ ਵੀ ਪੰਜਵਾਂ ਕਿਹੜਾ ਹੈਗਾ ਰਨ ਸਕੋਰਰ ਵਾਲਾ ਇਹਨਾਂ ਚ ਤਾਂ ਤੁਹਾਨੂੰ ਲੱਗ ਰਿਹਾ ਵੀ ਚਾਰਾਂ ਚੋਂ ਕਿਹੜਾ ਬੰਦਾ ਘੈਂਟ ਹੈ ਦੱਸੋ ਵੀ ਦੱਸੋ ਜਲਦੀ ਜਲਦੀ ਆਨਸਰ ਦਿਓ ਬਈ ਫੇਰ ਆਪਾਂ ਅੱਜ ਅੱਜ ਕਿਹੜਾ ਡੇ ਹੈ ਬਈ ਅੱਜ ਕਹਿੰਦੇ ਵੈਲੈਂਟਾਈਨ ਡੇ ਚ ਚਾਕਲੇਟ ਡੇ ਹੈ ਚਾਕਲੇਟ ਡੇ ਹੈ ਲੋ ਜੀ ਕਮਲ ਆ ਚੁੱਕੇ ਕਮਲ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਜਲਦੀ ਜਲਦੀ ਆਨਸਰ ਦੋ ਵੀ ਜਲਦੀ ਬਹੁਤ ਹੀ ਸੋਖਾ ਕੁਸ਼ਨ ਲੈ ਕੇ ਆਏ ਤੁਹਾਨੂੰ ਲੱਗ ਰਿਹਾ ਉਹ ਇਹਦੇ ਚੋ ਕਿਹੜਾ ਬੰਦਾ ਘੈਂਟ ਹੈ ਬਸ ਟੁੱਕੇ ਵਿੱਚ ਇਹ ਵੇਖੋ ਵੀ ਬੰਦਾ ਕਿਹੜਾ ਕੈਂਟ ਹੈ ਜਿਹੜਾ ਇੰਨੇ ਸਕੋਰ ਬਣਾ ਗਿਆ ਤੁਸੀਂ ਮੰਨੋਗੇ ਨਹੀਂ ਕਹਿੰਦੇ ਵੀ ਇਸ ਇਸ ਵਾਰ ਦਾ 2023 ਦਾ ਵਰਲਡ ਕੱਪ ਕਿਹਨੇ ਜਿੱਤਾ ਕਹਿੰਦੇ ਆਸਟ੍ਰੇਲੀਆ ਨੇ ਅਸੀਂ ਨਹੀਂ ਮੰਨਿਆ ਵੀ ਆਸਟ੍ਰੇਲੀਆ ਜਿੱਤ ਗਈ ਅਸੀਂ ਕਹਿੰਨੇ ਹੈ ਸਾਡਾ ਇੱਕ ਵਿਰਾਟ ਕੋਹਲੀ ਜਿੱਤ ਗਿਆ ਬਈ ਇਕੱਲਾ ਵਿਰਾਟ ਕੋਹਲੀ ਮੈਂ ਕਹਿੰਦਾ ਵਿਰਾਟ ਵਿਰਾਟ ਹੋਈ ਪਈ ਸੀ ਪੂਰੇ ਤੇ ਪੂਰੇ ਵਰਲਡ ਕੱਪ ਚ ਵਿਰਾਟ 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 ਵਿਚਾਰੇ ਨੇ ਇਕੱਲੇ ਨੇ ਜੋਰ ਲਾਇਆ ਚਰੋ ਉਹ ਅੱਡ ਗਏ ਵੀ ਟੀਮ ਨੇ ਸਾਥ ਨਹੀਂ ਦਿੱਤਾ ਪਰ ਇਕੱਲੇ ਨੇ ਤਾਂ ਬਾਹਲਾ ਜੋਰ ਲਾਇਆ ਪਈ ਮੈਨੂੰ ਤਾਂ ਫਰੀਦ ਜਸ ਦਾ ਆਨਸਰ ਆ ਚੁੱਕਾ ਹੈ ਉਹ ਮੈਂ ਪੁੱਛਿਆ ਭਾਈ ਕੈਂਟ ਸਕੋਰਰ ਕੌਣ ਹੈ ਭਾਈ ਰੋਹੀ ਸ਼ਰਮਾ ਕਿੱਥੇ ਹੋ ਗਿਆ ਲੋ ਜੀ ਸਰੋਜ ਰਾਣੀ ਨੇ ਚਾਕਲੇਟ ਭੇਜਤੀ ਆ ਹਾਂ ਅੱਜ ਮਨੂੰ ਵੀ ਇੱਥੋਂ ਮੈਨੂੰ ਐ ਲੱਗਦਾ ਵੀ ਆ ਚਾਕਲੇਟਾ ਇੱਥੋਂ ਹੀ ਮੈਨੂੰ ਵੱਧ ਮਿਲ ਗਿਆ ਆਪਾਂ ਇੱਥੇ ਖਾਵਾਂਗੇ ਅੱਜ ਵਾਵਾ ਸਾਰੀਆਂ ਇੱਥੋਂ ਹੀ ਮਿਲ ਗਿਆ ਮਨੂੰ ਉਹ ਮਨੂੰ ਐ ਲੱਗਦਾ ਵੀ ਘਰੇ ਜਾਂਦੇ ਗਾੜਾ ਨਾ ਪੈ ਜਾਣ ਮਨੂੰ ਵੀ ਵੈਰ ਵੈਰਾ ਬੰਦਾ ਤੂੰ ਚਾਕਲੇਟਾ ਇਕੱਠੀ ਕਰੀ ਜਣਾ ਚਲੋ ਜੀ ਹੁਣ ਗੱਲ ਕਰਾਂਗੇ ਵਿਰਾਟ ਕੋਹਲੀ ਦੀ ਰਾਈਟ ਆਨਸਰ ਕੀ ਆ ਗਿਆ ਵਿਰਾਟ ਕੋਹਲੀ ਫੇਰ ਮੈਂ ਗੱਲ ਕਰੂੰਗਾ ਨੈਕਸਟ ਕੂਸਕੋ ਹੋਰ ਦਾ ਫਾਸਟਸ 50 ਵਾਜਵਾ ਬੜੀ ਤੇਜ਼ 50 ਇਨ ਆਈਪੀਐਲ ਹਿਸਟਰੀ ਗੱਲ ਕਰਾਂਗੇ ਹੁਣ ਆਈਪੀਐਲ ਦੀ ਲੋ ਜੀ ਗੱਲਾਂ ক্রিকেট ਦੀਆਂ ਚੱਲ ਰਹੀਆਂ ਦਿਮਾਗ ਪੂਰਾ ਪੂਰਾ ক্রিকেট ਤੇ ਛਾ ਜਾਣਾ ਚਾਹੀਦਾ ਹੈ ਗੱਲ ਕਰਾਂਗੇ ਆਈਪੀਐਲ ਹਿਸਟਰੀ ਚ ਸਭ ਨਾਲ ਤੇਜ਼ੀ ਨਾਲ 50 ਕਿਹੜਾ ਹੈ ਭਾਈ ਇਹਨਾਂ ਚ ਕਿਹੜਾ ਬੰਦਾ ਘੈਂਟ ਹੈ ਜਿਹੜਾ ਫਾਸਟਸ ਸਕੋਰ ਕਰ ਗਿਆ 50 ਵੈਰੀ ਗੁੱਡ ਵਿਰਾਟ ਕੋਹਲੀ ਵਾਜਵਾ ਹਾਂ ਸੁਨਾਲੀ ਵਰਮਾ ਦਾ ਰਾਈਟ ਆਨਸਰ ਹਾਂ ਮਾਈ ਅਨਸੁਰ ਜੀ ਰਾਈਟ ਵੈਰੀ ਗੁੱਡ ਸਾਨੂੰ ਵੀ ਦੱਸ ਦੋ ਸਰ ਅਚਾ ਦੇ ਦਿਓ ਚਾਕਲੇਟ ਭਾਈ ਹੁਣ ਜਿਹੜੀ ਮੈਨੂੰ ਕਿਸੇ ਨੇ ਦਿੱਤੀ ਹੈ ਉਹ ਮੈਂ ਤੁਹਾਨੂੰ ਕਿਵੇਂ ਦੇ ਦਾਂ ਹਾਂ ਆਪਾਂ ਰਲ ਕੇ ਖਾ ਲਾਂਗੇ ਹਾਂ ਆਪਾਂ ਰਲ ਕੇ ਖਾ ਲਾਂਗੇ ਭਾਈ ਗੁੱਡ ਇਵਨਿੰਗ ਕੋਮਲ ਭਾਈ ਕੋਮਲ ਲੇਟ ਆਈ ਹੈ ਭਈ ਦੱਸੋ ਵੀ ਦੱਸੋ ਜਲਦੀ ਜਲਦੀ ਕੁਐਸਚਨ ਤੁਹਾਡੇ ਸਾਹਮਣੇ ਹੈ ਇਹਨਾਂ ਚੋਂ ਕਿਹੜਾ ਤਾਂ ਮੈਂ ਦੱਸ ਦਿੰਦਾ ਆਈਪੀਐਲ ਨੋਟ ਕਰ ਲਓ ਭਈ ਜਿਹੜਾ ਫਾਸਟੇਸਟ 50 ਆਈਪੀਐਲ ਹਿਸਟਰੀ ਵਿੱਚ ਉਹ ਹੈਗਾ ਯਸ਼ਵੀ ਜੈਸਵਾਲ ਤਾਂ ડી ਇਜ਼ ਰਾਈਟ ਆਨਸਰ ਜਿਨ੍ਹਾਂ ਨੂੰ ਨਹੀਂ ਪਤਾ ਨੋਟ ਕਰ ਲਓ ਜਿਨ੍ਹਾਂ ਨੂੰ ਨਹੀਂ ਪਟਾ ਨੋਟ ਕਰ ਲਓ ਯਸ਼ਵੀ ਜੈਸਵਾਲ ਤੇ ਅੰਦੇ ਬਾਰੇ ਤੁਹਾਡੀ ਗੱਲ ਕਰ ਲਈ ਆਪਾਂ ਆਈਪੀਐਲ ਹਿਸਟਰੀ ਲੋ ਜੀ ਆਰ ਆਰ ਟੀਮ ਤੋਂ ਹੈ ਰਾਜਸਥਾਨ ਰਾਇਲ ਤੋਂ ਹੈ 13 ਬੋਲਨ ਚ ਠਾ ਕਰਤੀ 50 केएल राहुल 14 ਬੋਲਾਂ ਚ ਠੀਕ ਹੈ ਭਾਈ ਆਈਪੀਐਲ 2023 ਚ ਪਲੇਅ ਅਵਾਰਡ ਯਸ਼ਸ਼ਵੀ ਜੈਸਵਾਲ ਠੀਕ ਹੈ ਰੋਹਿਤ ਸ਼ਰਮਨ ਨਹੀਂ ਹੈ ਭਾਈ ਧਿਆਨ ਦਿਓ ਪਹਿਲੇ ਦਾ ਆਨਸਰ ਕੀ ਸੀਗਾ ਵਿਰਾਟ ਕੋਹਲੀ ਜਿਹੜਾ ਸਕੋਰ ਦੇ ਮਾਮਲੇ ਚ ਕੈਂਟ ਸੀਗਾ ਉਹ ਸੀਗਾ ਪੰਜਵਾਂ ਰੈਂਕ ਕਿੰਦਾ ਬਣ ਚੁੱਕਿਆ ਹੈ ਵਿਰਾਟ ਕੋਹਲੀ ਦਾ ਤੇ ਆਈਪੀਐਲ ਹਿਸਟਰੀ ਵਿੱਚ 13 ਬੋਲਾਂ ਚ 50 ਕੋਨ ਬਣਾ ਗਿਆ ਬਾਹਲਾ ਤੇਜ ਹੈ ਬੰਦਾ ਬਾਹਲਾ ਤੇਜ ਹੈ ਉਹ ਕਿਹੜਾ ਸੀ ਜੈਸਵਾਲ ਈਨਮਸੀ ਜਸਵਲ ਹਾਂ ਹਾਂ ਕੋਈ ਚੱਕ ਨੀ ਟੈਨਸ਼ਨ ਨਹੀਂ ਲੈਣੀ </body>ਪੋੜੀ-ਪੋੜੀ ਚੜਦਾ ਜਾ ਜੈ ਮਾਤਾ ਦੀ ਕਰਦਾ ਜਾ ਗਲਤ ਹੁੰਦੇ ਕੋਈ ਚੱਕਰ ਨਹੀਂ ਪਰ ਇਹ ਵੀ ਹੁਣ ਤੁਹਾਡਾ ਗਲਤ ਨਹੀਂ ਹੋਣਾ ਕੱਲ ਨੂੰ ਕੁਐਸਚਨ ਆ ਗਿਆ ਤਾਂ ਆ ਲੋ ਜੀ ਵਿਚ ਕੰਟਰੀ ਵਿਲ ਹੋਸਟ 2025 2025 ਏਸ਼ੀਅਨ ਵਿంటర్ ਗੇਮ ਕੱਲ ਕਰਾਂਗੇ ਠੰਡ ਵਾਲੇ ਗੇਮਾਂ ਦੀ ਉਹ ਵੀ ਏਸ਼ੀਅਨ ਦੱਸੋ ਭਾਈ ਕੁਐਸਚਨ ਬੜੇ ਬੜੇ ਤਿੱਖੇ ਹੈ ਭਾਈ ਕੁਐਸਚਨ ਬੜੇ ਤਿੱਖੇ ਹੈ ਕਵੈਸਚਨ ਦੇ ਆਨਸਰ ਤਾਂ ਬਾੜੇ ਗਲਤ ਹੋ ਰਿਆ ਨਾ ਮਤਲਬ ਸਵਾਦ ਆ ਰਿਹਾ ਪੂਰਾ ਪੂਰਾ ਸੋਖਾ ਨਹੀਂ ਹੈ ਪੰ ਕੰਮ ਓਖਾ ਹੀ ਅੱਜ ਤਾਂ ਦੱਸੋ ਹਾਂਜੀ ਏਡੀਓ ਕਿੱਥੇ ਗਏ ਸਾਰੇ ਏਡੀਓ ਆਜੋ ਵੀ ਜਲਦੀ ਜਲਦੀ ਮੈਂ ਕਹਿੰਦਾ ਕਰੰਟ ਅਫੇਅਰ ਦੇ ਮੋਸਟਲੀ ਮੋਕ ਜ਼ਿਆਦਾ ਇੰਪੋਰਟੈਂਟ ਟੋਪਿਕ ਲੈ ਕੇ ਆਏ ਆ ਤੁਹਾਡਾ ਜਿਹੜਾ ਮਾਰਚ ਚ ਪੇਪਰ ਹੋਣਾ ਉਹਦੇ ਵਿੱਚ ਇਹਨਾਂ ਵਿੱਚੋਂ ਦੋ ਕਵੈਸਚਨ ਪੱਕਾ ਦਿਖਣੇ ਅੱਜ ਦੀ ਕਲਾਸ ਚੋਂ ਮੈਂ ਗਰੰਟੀ ਇਸ ਚੀਜ਼ ਦੀ ਦੇ ਕੇ ਜਾਊਂਗਾ ਸਾਈਨ ਔਰ ਨਾਲ ਕਰਕੇ ਜਾਊਂਗਾ ਲੋ ਜੀ ਸਾਈਨ ਕਰਤੇ ਆ ਲੋ ਏਡੀਓ ਆਸਤੇ ਤਾਂ ਸਾਈਨ ਮੈਂ ਕਰਤੇ ਪੂਰੇ ਪੂਰੇ ਇਹਨਾਂ ਚੋਂ ਦੋ ਕੁਐਸਚਨ ਪੱਕਾ ਆਉਣਗੇ ਗਰੰਟੀ ਗੱਲ ਹੈ ਜੇ ਅੱਜ ਦੀ ਕਲਾਸ ਇਹਨਾਂ ਨੇ ਵੇਖ ਲਈ ਤਾਂ ਚਲੋ ਜੀ ਹੁਣ ਗੱਲ ਕਰਾਂਗੇ ਏਸ਼ੀਅਨ ਵਿంటర్ ਗੇਮ 2025 ਚ ਕਿੱਥੇ ਹੋਸਟ ਹੋਣਗੇ ਠੰਡ ਵਾਲੀ ਗੇਮ ਤਾਂ ਆਨਸਰ ਆ ਗਿਆ ਕੀ ਹੋ ਗਿਆ ਏ ਬੀ ਸੀ ਡੀ ਲੋ ਜੀ ਨੋ ਤਾਂ ਚਾਈਨਾ ਇਜ਼ ਦਾ ਰਾਈਟ ਆਨਸਰ ठंड ठंडा काम कितने होना भाई चाइना चाहना है नोट कर लेना एशियन विंटर गेम 2025 चाइना पच्ची चाइना चाहिए कितने होने हैं चाइना च हूँ याद करने का तरीका वेख लो भी ठंड वाला काम कितने होना भाई चाइना च विंटर चाइना ठीक है भाई चाइना चाइना हो चाइना नैक्सट कहते विच कंट्री वोन होस्ट नहीं है वोन है वोन ਐਫ ਆਈ ਐਚ ਹਾਕੀ ਪ੍ਰੋ ਲੀਗ 2023 ਟਾਈਟਲ ਕਿਹੜੀ ਕੰਟਰੀ ਇਹਨਾਂ ਚੋਂ ਜਿੱਤ ਗਈ ਹੈ ਉਹ ਵੀ ਕਿਹੜਾ ਹਾਕੀ ਦਾ ਪ੍ਰੋ ਲੀਗ ਟਾਈਟਲ 2023 ਦਾ ਨੀਦਰਲੈਂਡ ਯੂਕੇ ਡੈਨਮਾਰਕ ਜਾਂ ਫਰਾਂਸ ਹੁਣ ਵੀ ਮੈਨੂੰ ਐ ਲੱਗਦਾ ਟੈਂਪੂ ਟੇਡਾ ਹੋਣਾ ਹੀ ਹੋਣਾ ਹੈ ਕੁਐਸਚਨ ਬਾਲਾ ਔਖਾ ਹੈ ਭਾਈ ਕੋਈ ਗੱਲ ਨਹੀਂ ਜੇ ਔਖਾ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਔਖੇ ਨੂੰ ਸੋਖਾ ਆਪਾਂ ਹੀ ਕਰਾਂਗੇ ਤੁਸੀਂ ਜਿਹੜਾ ਪਹਿਲਾਂ ਤੇ ਪੜ ਕੇ ਬੈਠੋ ਕਰੰਟ ਅਫੇਅਰ ਹੈ ਭਾਈ ਹਾਂ ਵੈਰੀ ਗੁੱਡ ਦਿਲ ਖੁਸ਼ ਕਰਤਾ ਇੱਕ ਬੰਦੇ ਨੇ ਤਾਂ ਬਾਹਲਾ ਦਿਲ ਖੁਸ਼ ਕਰਤੇ ਬਾਹਲਾ ਦਿਲ ਵਾਜਵਾ ਇੱਕ ਬੰਦੇ ਨੇ ਤਾਂ ਆਨਸਰ ਦੇ ਕੇ ਬਾਹਲਾ ਦਿਲ ਖੁਸ਼ ਕਰਤਾ ਬਾਕੀ ਵੀ ਆਓ ਵੀ ਬਾਕੀ ਕੁਐਸਚਨ ਵੇਖੋ ਕਿੰਨਾ ਘੈਂਟ ਇਹ ਜੇ ਕੁਐਸਚਨ ਨਹੀਂ ਦਿਖਣਗੇ ਤੁਹਾਨੂੰ ਪੱਕਾ ਗਰੰਟੀਡ ਗੱਲ ਹੈ ਆ ਜਿਹੜੇ ਕਦੇ ਪੜ੍ਹੇ ਨਹੀਂ ਕਹਿੰਦੇ ਹਜੇ ਤੱਕ ਆਪਾਂ ਕੀ ਪੜ ਗਏ ਜਾਦਾ 5ਥ ਰੈਂਕ ਕਿੰਨੇ ਬਣਾਇਆ ਹੈ 5ਥ ਰੈਂਕ ਕਿੰਦਾ ਸਕੋਰ ਵਿੱਚ ਵਿਰਾਟ ਕੋਹਲੀ ਦਾ ਤੇ ਮੈਂ ਗੱਲ ਕਰਾਂਗਾ ਫਾਸਟੈਸਟ ਦੀ ਫਾਸਟੈਸਟ ਕਿਹੜਾ ਸੀਗਾ ਜੈਸਵਾਲ ਜਿਹੜਾ ਕਿ 50 ਬਣਾ ਗਿਆ 13 ਬੋਲਾਂ 'ਚ ਕਹਿੰਦਾ ਸਰੋਜ ਕਹਿੰਦੀ ਡੀ ਤੁੱਕਾ ਲੋ ਜੀ ਤੁਹਾਡਾ ਤੁੱਕਾ ਤਾਂ ਗਿਆ ਪਾਣੀ 'ਚ ਹੋਰ ਦੱਸੋ ਹੋਰ ਆਂਦੋ ਨਕਲ ਮਾਰ ਲਓ ਵੀ ਨਕਲ ਤੁੱਕਾ ਲਾਉਣ ਫਰਾਸ ਤੁਕਾ ਇਹ ਤੁਕਾ ਲੋ ਜੀ ਕੋਮਲ ਦਾ ਤੁਕਾ ਕਰਦੇ ਨੇ ਸਹੀ ਤਾਂ ਨੋਟ ਕਰ ਲਓ ਨੀਦਰਲੈਂਡ ਇਜ਼ ਰਾਈਟ ਆਨਸਰ ਵੈਰੀ ਗੁੱਡ ਸ਼ੁਭਦੀਪ ਨੇ ਲਾਇਆ ਸੀ ਆਨਸਰ ਤਾਂ ਸਿਰਾ ਮੈਂ ਕਹਿੰਦਾ ਕੁਐਸਚਨ ਹਜੇ ਆਇਆ ਪਹਿਲਾਂ ਬਾਅਦ ਤੇ ਪਹਿਲਾ ਆਨਸਰ ਆ ਗਿਆ ਸ਼ੁਭਦੀਪ ਕੌਰ ਦਾ ਸਿਰਾ ਆ ਗਈ ਵੀ ਸਿਰਾ ਵੈਰੀ ਗੁੱਡ ਤੇ ਇਧਰ ਕਮਲ ਰਮਨ ਦਾ ਵੀ ਆ ਗਿਆ ਨੀਦਰਲੈਂਡ ਕਰ ਦੋ ਵੀ ਨੀਦਰਲੈਂਡ ਤਾਂ ਗੱਲ ਕਰਾਂਗੇ ਹਾਕੀ ਦੀ ਤਾਂ ਹਾਕੀ ਖੇਡਣ ਕਿੱਥੇ ਜਾਣਾ ਆਪਾਂ ਨੀਦਰਲੈਂਡ ਜਾਵਾਂਗੇ ਕਿੱਥੇ ਨੀਦਰ ਪਲੈਨਡ ਠੀਕ ਹੈ ਭਾਈ ਤੇ ਉਹ ਤੋਂ ਪਹਿਲਾਂ ਠੰਡ 'ਚ ਗੇਮ ਕਿੱਥੇ ਖੇਡਾਂਗੇ ਚਾਈਨਾ ਜਾ ਕੇ ਚਾਈਨਾ ਜਾ ਕੇ ਏਸ਼ੀਆ ਵਿంటర్ ਠੀਕ ਹੈ ਭਾਈ 2025 ਹੁਣ ਵੇਖ ਲਓ ਨੈਕਸਟ ਕੁਐਸਚਨ ਆ ਗਿਆ ਇਹ ਕੁਐਸਚਨ ਬੜਾ ਇੰਪੋਰਟਾ ਤਾਜ਼ਾ ਹੈ ਤਾਜ਼ਾ ਤਾਜ਼ਾ ਲੰਗਰ ਤਾਜ਼ਾ ਲੰਗਰ 2024 ਦਾ ਤਾਜ਼ਾ ਲੰਗਰ ਉਹ ਕਹਿੰਦਾ ਵਿਚ ਸਟੇਟ ਹੋਸਟਡ ਹੋਗੇ ਹੁਣੇ ਹੀ 2024 ਚ ਖੇਲੋ ਇੰਡੀਆ ਯੂਥ ਨੋਟੇ ਯੂਨੀਵਰਸਿਟੀ ਇਟਸ ਕੋਲ ਯੂਥ ਗੇਮ ਇਹ ਦੋ ਤਰ੍ਹਾਂ ਦੇ ਗੇਮ ਹੁੰਦੇ ਆ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਇਹ ਕੋੰਦਾ ਖੇਲੋ ਇੰਡੀਆ ਯੂਥ ਗੇਮ ਆ ਯੂਥ ਗੇਮ 2024 ਚ ਹੋਸਟ ਹੋਗੇ ਹੈ ਟੀਮ ਜਿੱਤ ਵੀ ਗਈ ਹੈ ਮੈਂ ਕਹਿੰਦਾ ਇਹ ਜਿਹੜਾ ਕੁਐਸਚਨ ਹੈ ਆ ਲੈ ਲਓ ਪੂਰਾ ਤਾਜ਼ਾ ਤਾਜ਼ਾ ਜਿਵੇਂ ਮੈਂ ਕਹਿੰਦਾ ਤਾਜੀ ਤਾਜ਼ਾ ਲੰਗਰ ਤੇ ਤਾਜ਼ਾ ਤਾਜ਼ਾ ਲੰਗਰੀ ਨੋਟ ਕਰ ਲਓ ਭਾਈ ਕਿੱਥੇ ਚੱਲੇ ਗੇਮ ਹੈ ਤਾਂ ਐਮਪੀ ਕੇਰਲਾ ਤਾਮਿਲਨਾਡੂ ਯਾ ਗੋਆ ਦੱਸੋ ਭਾਈ ਵੈਰੀ ਗੁੱਡ ਆਨਸਰ ਆਨ ਲਾ ਕੇ ਜਿਹੜੇ ਪੜਦੇ ਆ ਵੈਲਕਮ ਜਗਜੀਤ ਵੈਲਕਮ ਵੈਲਕਮ ਤਾਂ ਹੁਣ ਦੱਸੋ ਵੀ ਇਹਨਾਂ ਚੋਂ ਕਿਹੜਾ ਆਨਸਰ ਹੈ 2024 ਫਰਵਰੀ ਹੀ ਚੜੀ ਆ ਜੇ ਦਿਨ ਤਾਂ ਚੜ੍ਹਈ ਆ ਭਈ ਕੰਮ ਹੋ ਵੀ ਗਿਆ 2024 ਚ ਗੇਮ ਹੋ ਵੀ ਗਈ ਟੀਮ ਜਿੱਤ ਵੀ ਗਈ ਪਰ ਇਹਨੇ ਪੁੱਛਿਆ ਕੀ ਹੈ ਕਲਾ ਹੋਸਟ ਪੁੱਛਿਆ ਹੈ ਹੋਸਟ ਮਤਲਬ ਹੋਏ ਕਿੱਥੇ ਸੀ ਸੁਨਾਲੀ ਕੀ ਕਹਿੰਦੀ ਹੈ ਸਰ 1 ਮਿੰਟ ਬੈਕ ਕਰ ਦਿਓ ਲੋ ਜੀ ਬੈਕ ਕਰ ਲੋ ਨੀਦਰਲੈਂਡ ਸੀ ਇਹ ਚ ਤਾਂ ਇਹ ਬੰਵਾ ਇੱਕ ਵਾਰ ਰਹਿਣ दो ਕੋਈ ਚੱਕਰ ਨਹੀਂ उलझਿਓ ਨਾ ਪਿਕਚਰ ਬਣਾਵਾ ਬਸ ਮੁੱਦਾ ਪਿਕਚਰ ਦਾ ਹੈ ਦਿਮਾਗ ਚ ਫਿਟ ਕਰ ਦੋ ਫਿਟ ਤਾਂ ਹਜੇ ਤੱਕ ਫਿਟ ਕੀ ਕੀਤਾ ਇੱਕ ਤਾਂ ਵਿਰਾਟ ਕੋਹਲੀ ਫਿਟ ਕਰ ਲਿਆ ਬਾਲੇ ਸਕੋਰ ਬਣਾ ਗਿਆ ਪੰਜਵਾਂ ਰੈਂਕ ਲੈ ਗਿਆ ਫਿਰ ਆਪਾਂ ਕਹਾਂਗੇ ਫਾਸਟਸ ਆਪਾਂ ਫਾਸਟ 50 ਕੌਣ ਬਣਾ ਗਿਆ ਹੈ 50 ਬਣਾ ਗਿਆ ਜੈਸਵਾਲ ਆਈਪੀਐਲ ਹਿਸਟਰੀ ਚ ਫਿਰ ਉਸ ਤੋਂ ਬਾਅਦ ਆਪਾਂ ਪੜੇ ਹੈ ਏਸ਼ੀਆ ਵਿంటర్ ਗੇਮ ਉਹ ਚਾਈਨਾ ਚ ਫਿਰ ਉਹਦੇ ਬਾਅਦ ਆਪਾਂ ਕੀ ਪੜ ਲਿਆ ਖੇਲੋ ਇੰਡੀਆ ਯੂਥ ਗੇਮ ਫਿਰ ਹਾਕੀ ਵੀ ਪੜ ਲਈ ਹਾਕੀ ਕਿੱਥੇ ਖੜਾਂਗੇ ਉਹ ਖੇਡਾਂਗੇ ਨੀਦਰਲੈਂਡ ਵੈਰੀ ਗੁੱਡ ਸ਼ੋਭਦੀਪ ਦਾ ਆਨਸਰ ਆ ਗਿਆ ਤਾਂ ਆਨਸਰ ਕੀ ਹੈ ਏ ਹੋਏ ਸੀ ਤਾਮਿਲਨਾਡੂ ਚ ਕਿੱਥੇ ਹੋਏ ਸੀ ਤਾਮਿਲਨਾਡੂ ਚ ਠੀਕ ਹੈ ਭਾਈ very good host ਹੋਏ ਸੀ ਤਾਮਿਲਨਾਡੂ ਚ ਪਰ ਟੀਮ ਕਿਹੜੀ ਜਿੱਤੀ ਹੈ ਉਹ ਮੈਂ ਦਿਖਾ ਦੇਣਾ ਉਹ ਜਿੱਤੀ ਹੈ ਮਹਾ ਰਾਸ਼ਟਰ ਤੇ ਇਹ ਪਹਿਲਾਂ ਇਹ ਪੜ੍ਹ ਲਓ 2024 ਚ 6 ਐਡੀਸ਼ਨ ਸੀ ਚਾਰ ਸਿਟੀਆਂ ਚ ਹੋਏ ਸੀ ਤਾਮਿਲਨਾਡੂ ਚ ਚੇਨਈ ਮਦੂਰੀ ਪ੍ਰੀਤੀ ਐਂਡ ਕੋਮੀਬੇਟੂਰ ਠੀਕ ਹੈ ਭਾਈ ਤੇ ਆ ਜਿੱਤੇ ਸੀਗੇ ਭਾਈ ਦੇਖ ਲਓ ਟੌਪ ਰੈਂਕ ਤੇ ਮਹਾਰਾਸ਼ਟਰ ਹਰਾ ਖੇਲੋ ਇੰਡੀਆ ਯੂਥ ਵਿੱਚ ਮਹਾਰਾਸ਼ਟਰ 골ਡ ਲੈ ਕੇ 57 ਸਿਲਵਰ 48 ব্রونز 53 ਟੋਟਲ 158 ਤਾਂ ਆਹ ਜਿਹੜਾ ਸਟੇਟ ਹੈ ਇਹ ਜਿੱਤ ਗਿਆ ਭਾਈ ਮਹਾਰਾਸ਼ਟਰ ਸੈਕਿੰਡ ਨੰਬਰ ਤੇ ਤਾਮਿਲनाडु ਜਿੱਥੇ ਹੋਈ ਸੀ ਉਹ ਸੈਕਿੰਡ ਨੰਬਰ ਤੇ ਆ ਗਿਆ ਫਿਰ ਹਰਿਆਣਾ ਫਿਰ ਦਿੱਲੀ ਫਿਰ ਰਾਜਸਥਾਨ ਨੋਟ ਕਰ ਲੈਣਾ ਭਈਆ ਇਹ ਮੈਂ ਕਹਿੰਦਾ ਅੱਜ ਦੇ ਪੂਰਾ ਪੂਰਾ ਤਾਜ਼ਾ ਤਾਜ਼ਾ ਮਾਲ ਹੈ ਭਈ ਇਹ ਤਾਂ ਜਿਵੇਂ ਮਹਾਰਾਸ਼ਟਰ तमिलनाडु हरियाणा दिल्ली राजस्थान यह हैगा खेलो इंडिया यूथ गेम दो हज़ार चौबी दो हज़ार चौबीस वेरी गुड चलो जी अगला क्वेश्चन चेक कर विच स्टेट वोन मैक्सिमम मेडल एट थर्टी सैवन नैशनल गेम्स सारे ज्यादा स्टेट है कि स्टेट है भाई केड़ा स्टेट है जोड़ा मैक्सीम मैडल लै गया नेशनल गेम च यह दसो भी बड़ा कैंट क्वेश्चन है भी स्पोर्ट्स तो रिलेटेड करंट अफेयर मजा बहुत आता है जो आप पढ़ते हैं क्योंकि ये एग्जाम लिखते ही बहुत है भाई हाँ वेरी गुड प्रीत जस जल्दी जल्दी दसो भाई अगेन कह रहे हैं टॉपिक बहुत इंपोर्टेंट है करंट अफेयर बहुत ज्यादा इंपोर्टेंट है लो जी कमल का आंसर आ गया है राणी का आ गया वेरी गुड ਇਹਨਾਂ ਨੇ ਪੁੱਛਿਆ ਹੈ ਮੈਕਸਿਮਮ ਮੈਡਲਸ ਮੈਂ ਗੱਲ ਕਰੂੰਗਾ ਮੈਕਸਿਮਮ ਮੈਡਲਸ ਦੀ ਜਲਦੀ ਕਰੋ ਬਈ ਜਲਦੀ ਮਨ ਨੂੰ ਲੱਗੀ ਭੁੱਖ ਚਾਕਲੇਟ ਦੀ ਛੇਤੀ ਕਰੋ ਆਨਸਰ ਛੇਤੀ ਦਿਓ ਬਈ ਮੇਰੇ ਜੇਬ 'ਚ ਦੋ ਚਾਕਲੇਟਾਂ ਪਈਆਂ ਮੇਰਾ ਤਾਂ ਪੂਰਾ ਜੀ ਕਰ ਰਿਹਾ ਖਾਣ ਦਾ ਛੇਤੀ ਕਰੋ ਇਹਨਾਂ ਟਾਈਮ ਨਾਲ ਆਓ ਮੈਂ ਕਿਤੇ ਚਾਕਲੇਟ ਖੋਲ ਕੇ ਬਹਿ ਜਾ ਮੁਰਕੇ ਤੁਹਾਡਾ ਔਖਾ ਹੋ ਜੇ ਜਲਦੀ ਕਰੋ ਬਈ ਜਲਦੀ ਗੋਆ ਵਾਲੇ ਬੀਚ ਤੇ ਪ੍ਰੀਤ ਜਸ ਕਹਿੰਦੀ ਗੋਆ ਵਾਲੇ ਬੀਚ ਤੇ ਚਲੋ ਜੀ ਦੇਖਦੇ ਆਂ ਆਨਸਰ ਕੀ ਆਤਾ ਹੋਰ ਵੀ ਆਣੇ ਦੋ ਹੋਰ ਵੀ ਆਣੇ ਦੋ ਉਹ ਕੁਐਸਚਨ ਹੈ ਮੈਕਸਿਮਮ ਮੈਡਲ 37 ਹਾਂ ਜਲਦੀ ਜਲਦੀ ਕਹਿੰਦੇ ਗੋਆ ਗੋਆ ਇੱਕ ਦੂਜੇ ਨੂੰ ਵੇਖ ਵੇਖ ਕੇ ਗੋਆ ਗੋਆ ਹੋਈ ਪਈ ਉਹ ਭਾਈ ਉਹ ਹੋਸਟ ਹੋਏ ਸੀ ਗੋਆ ਚ ਇਹਨੇ ਕੀ ਪੁੱਛਿਆ ਹੈ ਵੋਨ ਰੁਕੋ ਜਰਾ ਸਬਰ ਕਰੋ हम्म एक दूसरे को वेख के वेखो कहते राणी ने गोवा कहता बस फिर हो गया काम प्रीत ने गोवा कहता चलो भी चलो गोवा गोवा मैं पूछे वोन पीएसपीसीएल का पेपर कौन सा ओ भाई पीएसपीसीएल का जो क्लैरिकल बेस का पेपर होता है वो तो सेम होता है जो क्लर्क वाले पेपर होते हैं पीटर प्लस बी वाले और जो पीएसपीसीएल का जो टेक्निकल वाला होता है उसमें साठ परसेंट टेक्निकल आना होता है और चालीस परसेंट ये सारा कुछ आना होता है बस ਦਾ ਆਨਸਰ ਮੈਂ ਦੱਸਦਾ ਐ ਇਹਨੇ ਨੇ ਪੁੱਛਿਆ ਭਾਈ ਨੈਸ਼ਨਲ ਗੇਮ ਕਿਹੜੇ ਜਿੱਤਗੇ ਮੈਕਸਿਮਮ ਤਾਂ ਮਹਾਰਾਸ਼ਟਰ ਵਿੱਚ ਰਾਈਟ ਆਨਸਰ ਤਾਂ ਜਿਹੜਾ ਇਹ ਹੋਸਟ ਹੋਇਆ ਸੀਗਾ ਉਹ ਗੋਆ 'ਚ ਹੋਇਆ ਸੀ 2022 ਵਾਲਾ ਤੇ ਗੋਆ 'ਚ ਹੋਇਆ ਸੀਗਾ ਤੇ ਮੋਟਰ ਸੀਗਾ ਗੈਟ ਸੈਟ ਗੋ ਗੋਆ ਠੀਕ ਆ ਭਾਈ ਧਿਆਨ ਸੇ ਦੇਖੇ ਇਸ ਕੁਐਸਚਨ ਕੋ ਠੀਕ ਆ ਭਾਈ ਵੋਨ ਕਿਨੇ ਕੀਤਾ ਨੈਸ਼ਨਲ ਗੇਮ ਮਹਾਰਾਸ਼ਟਰ ਠੀਕ ਹੈ ਹੋਸਟ ਕਿਥੇ ਹੋਇਆ ਗੋਆ ठीक है फिर गल करा ये सारा कुछ है भी महाराष्ट्र जीत गया ठीक है महाराष्ट्र याद रखो बस नैक्सट अगला क्वेश्चन आ गया पारा गेम ठीक है इंडिया वोन हाउ मैनी मैडल एशिया पारा गेम जो पारा गेम होंगे है तुम पता होना चाहिए है जिनने भी जिने भी जिन्हें भी मतलब डिसेबल्स होंगे है लाइक अपंग है ना जिनका कोई ना कोई बॉडी ਦਾ 파ਟ ਨਹੀਂ ਹੁੰਦਾ ਉਹਨਾਂ ਵਾਸਤੇ ਇੱਕ ਅੱਡ ਤੋਂ ਗੇਮ ਹੁੰਦੀ ਹੈ ਉਹਨੂੰ ਬੋਲਦੇ ਪਾਰਾ ਗੇਮ ਹੈ ਨਾ ਤਾਂ ਐਸ਼ੀਆ ਪਾਰਾ ਗੇਮ ਦੀ ਗੱਲ ਕਰੀਏ ਤਾਂ ਇੰਡੀਆ ਕਿੰਨੇ ਮੈਡਲ ਵਨ ਕਰ ਗਿਆ ਤਾਂ ਆਨਸਰ ਨੋਟ ਕਰ ਲੈਣਾ 111 ਹਾਂ ਵਿੱਚ ਪੁਜੈਰੋ ਦੇ 111 ਵੈਰੀ ਗੁੱਡ ਤਾਂ ਰਾਈਟ ਆਨਸਰ ਵੈਰੀ ਗੁੱਡ ਰਾਣੀ ਵੈਰੀ ਗੁੱਡ ਤਾਂ 111 ਇਜ਼ ਰਾਈਟ ਆਨਸਰ ਅਗਲਾ ਦੇਖੋ ਅਗਲਾ ਹੋਸਟ ਕੰਟਰੀ ਚਾਈਨਾ ਤੇ ਚਾਈਨਾ ਚਾਈਨਾ ਹੋਈ ਪਈ ਹੈ ਨੈਕਸਟ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਭਾਈ ਬਾਲਾ ਇੰਪੋਰਟੈਂਟ ਕੁਐਸਚਨ ਹੈ ਟਿਕ ਮਾਰ ਕਰ ਲਿਓ ਕਾਪੀ ਤੇ ਨੋਟ ਕਰ ਲਿਓ ਦਿਮਾਗ 'ਚ ਫਿੱਟ ਕਰ ਲਿਓ ਕੀ ਕੁਐਸਚਨ ਹੈ ਹਾਊ ਮੈਨੀ ਸੁਪੋਰਟਸ ਹੈਵ ਬੀਨ ਐਡਡ ਕਿਹੜੇ-ਕਿਹੜੇ ਗੇਮ ਐਡ ਕਰਤੇ 2028 ਦੇ 올림픽 ਚ ਦੱਸੋ ਭਾਈ ਕਿੰਨੇ ਗੇਮ ਐਡ ਕਰਤੇ ਜਲਦੀ ਦੱਸੋ ਭਾਈ ਜਲਦੀ ਚਾਕਲੇਟ ਖੁੱਲ ਗਈ ਹੈ ਚਾਕਲੇਟ ਦੇ ਬਣਨ ਲੱਗਿਆ ਹੈ 6 ਦੱਸੋ 6 ਦੀ ਹਾਂ ਰਹੀਓ ਦੱਸੋ ਭਾਈ ਹਾਊ ਮੈਨੀ ਸਪੋਰਟਸ ਹੈਵ ਬੀਨ ਐਡਡ 2028 올림픽 ਆਂਦ ਵੀ ਆਂਦ ਜੇਦੀ ਕਰੋ ਅੱਪਰ ਕੰਮ ਕਰਦਾ ਚੋਕਲੇਟ ਦਾ ਕਿੰਨੇ ਗੇਮ ਹੈ ਭਾਈ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਾਲਾ ਇੰਪੋਰਟੈਂਟ ਵੈਰੀ ਗੁੱਡ ਰਾਣੀ ਦਾ ਆਨਸਰ ਆ ਗਿਆ ਹਾਂ ਗੁਰਵਿੰਦਰ ਗੁਰੀ ਅਦਲ ਜਗਜੀਤ ਵੀ ਕਹਿੰਦਾ ਏ ਮਮਤਾ ਵੀ ਕਹੇਗੀ ਵੈਰੀ ਗੁੱਡ ਤੇ ਪੰਜ ਪੰਜ سپورٹس ਐ ਪੰਜ ਖੇਡ ਐ ਜਿਹੜੇ ਐਡ ਕੀਤੇ ਐ ਆਈ ਥਿੰਕ ਹਾਂ ਥਿੰਕ ਕਾ ਲਗ ਮੇ ਠੀਕ ਐ ਭਾਈ ਤਾਂ 5 ਇਜ਼ ਰਾਈਟ ਆਨਸਰ ਕਿਹੜੇ-ਕਿਹੜੇ ਐ ਭਾਈ ਕਿਹੜੇ-ਕਿਹੜੇ ਸੁਣ ਲੋ 2028 ਚ 올림픽ਸ ਕਿਹੜੇ-ਕਿਹੜੇ ਇੱਕ ਤਾਂ ਸੌਫਟਵਾਲ ਤੇ ਬਾਸਕਟਬਾਲ T20 ਕ੍ਰਿਕਟ ਫੁੱਟਬਾਲ ਲੈਕਰੋਸ ਸ਼ੁਕਾਸ਼ ਠੀਕ ਐ ਇਹ ਸਾਰੇ ਦੇ ਸਾਰੇ ਜਿਹੜੇ 2028 ਚ

ਵੌਨ ਵੌਨ ਪੁੱਛੇ ਵੀ ਵੌਨ ਨਾਟ ਅ ਹੋਸਟ ਦਾ ਟਾਈਟਲ 2023 ਟਾਈਟਲ 2023 ਸ਼ਹੀਦ ਮੁਸਤਕ ਅਲੀ ਟਰੋਫੀ ਠੀਕ ਹੈ ਭਾਈ ਇਹ ਕੌਣ ਜਿੱਤ ਗਿਆ ਟਾਈਟਲ ਤਾਂ ਮੈਂ ਦੱਸ ਦੇਣਾ ਤੁਹਾਨੂੰ ਨਹੀਂ ਪਤਾ ਹੋਣਾ ਵੈਰੀ ਗੁੱਡ ਨਾ ਰਾਣੀ ਨੇ ਤਾਂ ਜਵਾਬ ਦੇਤਾ ਦਾ ਆਂਦਾ ਆਨਸਰ ਹੈ ਪੰਜਾਬ ਤੇ ਇਹ ਟਰੋਫੀ ਕੌਣ ਟਾਈਟਲ ਕੌਣ ਜਿੱਤ ਗਿਆ ਇਹ ਨਹੀਂ ਇੰਪੋਰਟੈਂਟ ਨਹੀਂਗਾ ਚਲੋ ਆਪਾਂ ਪੜ੍ਹ ਲਿਆ ਫਿਰ ਵੀ ਤਾਂ ਪੰਜਾਬ ਨੂੰ ਇਹ ਟਾਈਟਲ ਮਿਲਿਆ ਕਿਹਨੂੰ ਮਿਲਿਆ ਪੰਜਾਬ ক্রিকেট ਦਾ ਹੁੰਦਾ ਇਹ ਠੀਕ ਹੈ ਜਿਵੇਂ ਰੰਜੀ ਵਗੈਰਾ ਹੁੰਦੇ ਨਾ ਉਸ ਤਰੀਕੇ ਨਾਲ ਇਹ ਟਾਈਟਲ ਮਿਲਿਆ ক্রিকেট 'ਚ ਕਿਨੂੰ ਪੰਜਾਬ ਨੂੰ ਅਗਲਾ ਕੁਐਸਚਨ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੁਣ ਆ ਗਿਆ ਕਹਿੰਦਾ ਹੂ ਬਿਕਮ ਦਾ ਹੂ ਬਿਕਮ ਦਾ ਫਰਸਟ ਇੰਡੀਅਨ ਬੋਲਰ ਪਹਿਲਾ ਆਇਆ ਸੀ ਰਨ ਸਕੋਰਰ ਹੁਣ ਆਇਆ ਬੋਲਰ ਟੂ ਟੇਕ 5 ਵਿਕਟਾ ਇਨ ਆਈਸੀਸੀ ਵਰਲਡ ਕਪ ਕਿਹੜਾ ਬੰਦਾ ਬਈ ਇਹਨਾਂ ਦੇ ਚੋਂ ਪੰਜ ਵਿਕਟੇ ਲੈ ਗਏ ਇੱਕ ਓਵਰ ਚ ਵੈਰੀ ਗੁੱਡ ਹੁਣ ਦੱਸੋ ਭਾਈ ਬਾਲਾ ਗੈਂਡ ਕੁਐਸਚਨ ਨਾਮ ਵੇਖਦੇ ਆਨਸਰ ਆਣਾ ਚਾਹੀਦਾ ਨਾਮ ਵੇਖਦੇ ਚੱਪਟ ਕੇ ਪੈ ਜੋ ਭਾਈ ਚੱਪਟ ਕੇ ਤਾਂ ਨਾਮ ਦੇਖੋ ਕਿੰਨਾ ਘੈਂਟ ਲੱਗ ਰਿਹਾ ਕਿੰਨਾ ਸੋਹਣਾ ਲੱਗ ਰਿਹਾ ਨਾਮ ਇਹਨਾਂ ਚ ਮੈਂ ਤਾਂ ਬੋਲਦਾ ਵੀ ਨਹੀਂ ਆਪੇ ਦੱਸੋ ਦੱਸੋ ਛੇ ਦੀ ਦੱਸੋ ਮੇਰੀ ਚਾਕਲੇਟ ਠੰਡੀ ਹੋਇਆ ਨਹੀਂ ਛੇ ਦੀ ਕਰੋ ਛੇ ਦੀ ਲੋ ਜੀ ਜਿੰਨਾ ਜਿਹੜੇ ਪੜਦੇ ਉਹਦਾ ਮੈਂ ਕਹਿੰਦਾ ਉਹਨਾਂ ਤੋਂ ਰੁਕੇ ਵੀ ਨਹੀਂ ਜਾਂਦਾਗਾ ਨਾਲ ਦੀ ਨਾਲ ਹੀ ਆਨਸਰ ਆ ਗਿਆ

हिस्ट्री ठीक है जिने 13 ਬੋਲਾਂ ਚ 50 ਖੋਕਤੇ ਚੱਲ ਭਾਈ ਬਾਹਲੀ ਤੇਜ਼ੀ ਸੀ ਬਾਹਲੀ ਤੇਜ਼ੀ ਅਗਲਾ ਕੁਐਸਚਨ ਵਿਚ ਸਿਟੀ ਨੋਟ ਕਰਦੇ ਰਹਿਣਾ ਨਿੱਕਾ ਨਿੱਕਾ ਨਾਲ ਨਾਲ ਨਿੱਕਾ ਨਿੱਕਾ ਨੋਟ ਕਰਦੇ ਨੇ ਨਾ ਜਿੰਦੇ ਨਾਲ ਕੀ ਮੋਲ ਬਣਿਆ ਰੂਆ ਦਿਮਾਗ ਦਾ ਤੁਹਾਡਾ ਤਾਂ ਬਣੇ ਹਨ ਵੇਖ ਲਿਆ ਤੇ ਦਿਮਾਗ ਦਾ ਮੋਲ ਵੀ ਬਣਾਉਣਾ ਹੈ ਭਾਈ ਉਹਨਾਂ ਨਾਲ ਨਾਲ ਨੋਟ ਕਰਦੇ ਰੋ ਬਸ ਐ ਲਿਖ ਲੋ ਇੰਕੀ ਲਿਖਾਂਗੇ Epx in 2024 ਐਡੀਸ਼ਨ ਉਹ ਕਹਿੰਦਾ ਵਿਚ ਸਿਟੀ ਹੋਸਟ ਇਹ ਪ੍ਰੀਖਿਆ ਇਨ 2024 ਇਹਨਾਂ ਚੋ ਕਿੱਥੇ ਹੋਇਆ ਐ ਐਡੀਸ਼ਨ ਤਾਂ ਇਹ ਹੋਇਆ ਨੋਟ ਕਰ ਲਓ ਤੁਹਾਨੂੰ ਨਹੀਂ ਪਤਾ ਹੋਊਗਾ ਮੈਂ ਦੱਸ ਦੇਣਾ ਹੈ ਹైదరాబాద్ ਲੋ ਜੀ ਇਹ ਇੰਪੋਰਟੈਂਟ ਹੈ ਜਿੱਥੇ ਇੰਪੋਰਟੈਂਟ ਹੈ ਮੈਂ ਆਪੇ ਰੁਕ ਜਾਣਾ ਉੱਥੇ ਮੈਂ ਪੂਰੇ ਪੂਰੀ ਐਕਟੀਵਿਟੀ ਕਰਨੀ ਹੈ ਪੀਐਮ ਮੋਦੀ ਇਹ ਬਾਹਲਾ ਇੰਪੋਰਟੈਂਟ ਹੈ ਕੁਐਸਚਨ ਮੂਰਤ ਕਰਤਾ ਦਾ ਇੰਡੀਆ ਦਾ ਫਰਸਟ ਹਾਈ ਟੈਕ ਸਪੋਰਟ ਸਪੋਰਟਸ ਟ੍ਰੇਨਿੰਗ ਸੈਂਟਰ ਜਿਹੜੇ ਅੱਖਾਂ ਤੋਂ ਵੇਖ ਨਹੀਂ ਪਾਉਂਦੇ ਦਿਵਿਆਂਜ ਬੋਲਦੇ ਜੀ ਇਹਨਾਂ ਨੂੰ ਇਹਨੂੰ ਵਿੱਚ ਸਿਟੀ ਜਿਹੜੇ ਅੱਖਾਂ ਤੋਂ ਵੇਖ ਨਹੀਂ ਪਾਉਂਦੇ ਉਹਨਾਂ ਵਾਸਤੇ ਹਾਈ ਟੈਕ ਸਪੋਰਟਸ ਟ੍ਰੇਨਿੰਗ ਕਰਤੀ ਟ੍ਰੇਨਿੰਗ ਸੈਂਟਰ ਬਣਾਤਾ ਉਹ ਕਿੱਥੇ ਕੀਤਾ ਭਾਈ ਦੱਸੋ ਭਾਈ ਉਹ ਵੀ ਮੋਦੀ ਸਾਹਿਬ ਨੇ ਕੀਤਾ ਮੋਦੀ ਮੋਦੀ ਹੋਈ ਪਈ ਹੈ ਛੇਦੀ ਦੇ ਹੋਵੇ ਛੇਦੀ ਇੱਕ ਰਾਕੇ ਗਿਆ ਹੋਇਆ ਮੈਂ ਦੱਸੋ ਵੀ ਕੁਐਸਚਨ ਵਾਲਾ ਸੋਖਾ ਵੀ ਹੈ ਨਾਲੇ ਓਖਾ ਵੀ ਹੈ ਦਸੋ ਆਨਸਰ ਆਨ ਲੱਗ ਗਿਆ ਵੈਰੀ ਗੁੱਡ ਆਨ ਲੱਗ ਗਿਆ ਇਹ ਲਿਖਤਾ 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 ਕਰ ਦੋ ਠਾ ਇਹ ਦੇਖੋ 12 ਕੈਂਡ ਕੁਸ਼ਨ ਹੈ ਪੀਐਮ ਮੋਦੀ ਜੀ ਨੇ ਇੱਕ ਅਜਾ ਹਾਈ ਟੈਕ ਟ੍ਰੇਨਿੰਗ ਸੈਂਟਰ ਬਣਾਤਾ ਜਿੱਥੇ ਜਿਹੜੇ ਵੇਖ ਨਹੀਂ ਪਾਉਂਦੇ ਅੱਖਾਂ ਤੋਂ ਉਹਨਾਂ ਵਾਸਤੇ ਹਾਈ ਟੈਕ ਸੈਂਟਰ ਬਣਾਤਾ ਠੀਕ ਹੈ ਭਾਈ ਦਿਵਿਆਂਜ ਜਿਹੜੇ ਹੁੰਦੇ ਹੈ ਉਹਨਾਂ ਵਾਸਤੇ ਕਿਹੜੀ ਸਿਟੀ ਚ ਬਣਾਇਆ ਉਹ ਬਣਾਇਆ ਹੈ ਐਮਪੀ ਗੋਵਾਲੀਅਰ ਮੱਧ ਪ੍ਰਦੇਸ਼

ਸੈਟਰਡੇ ਠੀਕ ਹੈ 6 ਵਜੇ 6 ਵਜੇ ਅਗਲਾ ਕੁਐਸਚਨ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਬ੍ਰਾਂਡ ਮਾਸਟਰ ਓਹ ਹੋ ਓਫ ICC ਵਰਲਡ ਕਪ 2023 ਇਹਨਾਂ ਚੋਂ ਕਿਹੜਾ 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 ਬਈ ਜਿਹੜਾ ਬ੍ਰਾਂਡ ਮਾਸਟਰ ਸੀਗਾ ਆਪਣੇ ਵਰਲਡ ਕੱਪ ਦਾ ਦੱਸੋ ਭਾਈ ਸਜਿਨ ਹੈ ਅਮੀਰ ਹੈ ਅਕਸ਼ੇ ਹੈ ਸ਼ਾਹਰੁਖ ਖਾਨ ਹੈ ਦੱਸੋ ਛੇਤੀ ਤੱਸੋ ਉਹ ਦਸੋ ਬਈ ਜਦੀ ਚੋਗਲੇ ਖਤਮ ਹੋ ਗਏ ਛੇ ਦਿਓ ਛੇ ਦਿ ਆ ਕੜਾ ਉਹ ਆ ਜਿਹਾ ਸਿਰ ਆ ਲਾ ਤਾ ਸ਼ਾਰੂ ਸ਼ਾਰੂ ਹੀ ਬੀਏ ਸ਼ਾਰੂ ਸ਼ਾਰੂ ਖਾਨ ਕਲੀਅਰ ਬਚਾਰੇ ਨੂੰ ਚਲੋ ਵੀ ਹੁਣ ਥੋੜੇ ਪਾਰ ਲੋਰ ਆਈਸੀਸੀ ਬਾਰੇ ਪੜਾਂਗੇ ਜਿਹੜਾ 2023 ਚ ਵਰਲਡ ਕੱਪ ਹੋਇਆ ਸੀ ਉਹਦੇ ਬਾਰੇ ਤੇ ਮੈਂ ਗੱਲ ਕਰਾਂ ਹੋਸਟ ਕਿਤੇ ਹੋਇਆ ਸੀ ਸਾਰਿਆਂ ਨੂੰ ਪਤਾ ਵੀ ਇੰਡੀਆ ਚ ਹੋਇਆ ਸੀਗਾ ਫੁੱਲ ਫਾਰਮ ਸਾਰਿਆਂ ਨੂੰ ਪਤਾ ਹੀ ਹੈ ਤੇ ਦੁਬਈ ਇਹਦਾ ਹੈੱਡ ਕੁਆਰਟਰ ਹੈ ਤੇ ਆਪਾਂ ध्यान रखा भी शाहरुख खान शाहरुख पी है शाहरुख खान चलो जी अगला क्वेश्चनिम कंट्री वोन मैक्म मैडल केड़ी कंट्री भाई बारह सिर ला गई मैक्सीमम मैडल लगी कंट्री आ उन्नीवे एशियन गेम च दसो ਹਾਂ ਸ਼ਾਰੂ ਸ਼ਾਰੂ ਹੀ ਪੀਏ ਕਹਿੰਦੇ ਸ਼ਾਰੂ ਸ਼ਾਰੂ ਖਾਣ ਹੀ ਪੀਆ ਤਾਂ ਇਹ ਹੈ ਹਾਂ ਐਸਆਰ ਕੇ ਵੈਰੀ ਗੁੱਡ ਹੈ मैक्सिमम मैडल की गल करिए एशियन गेम की मैक्सिमम मैडल पढ़ लो पहला एशियन गेम होंगे की है उन्नीव एशियन गेम तेई सितंबर तो लैके अठ अक्टूबर तक तो चलिया चाइना होट सिटी से मतलब चाइना ने सामभिया इनू चाइना चाइना हुई भी है मस्कट थोड़े सामने टैरी ऑफ रोबट्स ठीक है रोबोट फिर गल कर करेंगे मोटो हार्ट हार्ट टू हार्ट एंड फ्यूचर ओपनिंग सेरेमनी सी फ्लैग <coughs> बियरस फ्रॉम इंडिया ਠੀਕ ਹੈ ਭਾਈ ਇੰਡੀਆ ਦੇ ਜਿਹੜੇ ਜਿਹੜੇ ਜਿਨ੍ਹਾਂ ਨੇ ਫਲੈਗ ਲਿਤਾ ਸੀ ਉਹ ਸੀ ਹਰਮਨਪ੍ਰੀਤ ਸਿੰਘ ਤੇ ਲਵਲੀਨਾ ਜਿਹੜੀ ਅੱਜ ਸਵੇਰੇ ਪੜੀ ਸੀ ਆਪਾਂ ਠੀਕ ਹੈ ਭਾਈ ਫੇਰ ਮੈਂ ਗੱਲ ਕਰਾਂ ਚਾਈਨਾ ਚਾਈਨਾ ਨੇ ਦੇਖੋ ਕਿੰਨੇ 골ਡ ਜਿੱਤੇ 201 ਚਾਈਨਾ ਨੇ 201 골ਡ 111 ਸਿਲਵਰ 73 ਤੇ 383 ਠੀਕ ਹੈ ਇੰਡੀਆ ਆ ਬੈਠਾ 107 ਤੇ ਤਾਂ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਕਿ ਜਿਹੜਾ ਏਸ਼ੀਅਨ 19ਵਾਂ ਗੇਮ ਸੀਗਾ ਏਸ਼ੀਅਨ ਗੇਮ ਉਹਦੇ ਵਿੱਚ ਹੋਇਆ ਕਿ ਤੁਸੀਂ ਚਾਈਨਾ 'ਚ ਤੇ ਚਾਈਨਾ ਵਿੱਚ ਹੀ ਵਨ ਮੈਕਸਿਮਮ ਕਿੰਨੇ ਕਿਤੇ ਚਾਈਨਾ ਨੇ ਠੀਕ ਹੈ ਬਾਈ ਚਲੋ ਜੀ ਆ ਸਾਰੀ ਲਿਸਟ ਤੁਹਾਨੂੰ ਮਿਲ ਜੂਗੀ ਪ੍ਰੋਪਰ ਪੜ ਲਿਓ ਭਾਈ ਏਸ਼ੀਅਨ ਗੇਮ ਦੀ ਠੀਕ ਹੈ ਕਿਉਂਕਿ ਆਪਾਂ ਏਸ਼ੀਅਨ ਗੇਮ ਨਹੀਂ ਪੜਨ ਆਏ ਅੱਜ ਆਪਾਂ ਸਾਰਾ ਕੁਝ ਪੜਨ ਆਏ ਆ ਤਾਂ ਜਿਨ੍ਹਾਂ ਨੇ ਪੀਡੀਐਫ 'ਚ ਪੜਨਾ ਹੈ ਉਥੋਂ ਪੜ ਲਿਓ ਅਗਲਾ ਕੁਐਸਚਨ ਆ ਗਿਆ who won title chess world cup 2023 ਜਿੰਨੇ ਵੀ 2023 24 ਚ ਜਿੰਨੇ ਵੀ ਵੱਡੇ ਵੱਡੇ ਗੇਮ ਹੋਏ ਆ ਸਾਰੇ ਪੜਨੇ ਆ ਬਈ ਸਾਰੇ ਇੱਕ ਵੀ ਨਹੀਂ ਛੱਡਣਾ ਮੈਂ ਕਹਿੰਦਾ ਇੱਕ ਇੱਕ ਖਿੱਚ ਖਿੱਚ ਕੇ ਮਾਰਾਂਗੇ ਚਲੋ ਜੀ ਹੁਣ ਚੈਸ ਵਰਲਡ ਕੱਪ ਦੀ ਗੱਲ ਕਰੀਏ ਤਾਂ ਇਹਨਾਂ ਚੋਂ ਕਿਹੜਾ ਵਰਲਡ ਕੱਪ ਜਿੱਤ ਗਿਆ ਭਾਈ ਚੈਸ ਤੇ ਤਾਂ ਨਾਮ ਯਾਦ ਰੱਖਿਓ ਬਈ ਉਹ ਕਹਿੰਦਾ ਚੈਸ ਬਾਰੇ ਸਰ ਸਾਨੂੰ ਪਤਾ ਨਹੀਂ ਪਰ ਵਰਲਡ ਕੱਪ ਲੈ ਗਿਆ ਬਈ ਉਹਦਾ ਨਾਮ ਤਾਂ ਯਾਦ ਰੱਖ ਲਓ ਇੰਨਾ ਕ ਤਾਂ ਕਰ ਨਹੀਂ ਸਕਦੇ ਐ ਤਾਂ ਕੀ ਨਾਮ ਹੈ ਬਈ ਆਨਸਰ ਲਿਖ ਲਓ ਬੀ ਬੋਏ ਮੈਗਨਸ ਕਾਲਸਨ ਮੈਗਨਸ ਕਾਲਸਨ ਇਜ਼ রাইਟ ਆਨਸਰ ਚਲੋ ਜੀ ਬੀ ਐਂਡ ਸੀ ਨਹੀਂ ਹੈ ਬੀ ਇਜ਼ রাইਟ ਮੈਗਨਸ ਕਾਲਸਨ ਠੀਕ ਹੈ ਬਈ ਚਲੋ ਅੱਗੇ ਤਾਂ ਵਰਲਡ ਕੱਪ ਤਾਂ ਲੱਗ ਗਿਆ ਮੈਗਨਸ ਨਾਰਵੇ ਦਾ ਹੈ ਇਹ ਰਨਰਪ ਰਿਆ ਸੀਗਾ ਸੈਕਿੰਡ ਨੰਬਰ ਇੰਡੀਆ ਦਾ ਹੂ ਹੈਜ਼ ਵਨ ਦਾ ਬਹੁਤ ਹੀ ਸੋਖਾ ਕੁਐਸਚਨ ਪੰਜ ਸੱਤ ਵਾਰ ਕਰਾਤਾ ਯਾਰ ਮੈਂ ਕਹਿੰਦਾ ਥਾ ਥਾ ਤੇ ਹੋਏ ਪਿਆ ਕੁਐਸਚਨ ਇਹਦਾ ਮਤਲਬ ਥਾ ਥਾ ਤੇ ਦਾ ਮਤਲਬ ਬੜਾ ਇੰਪੋਰਟੈਂਟ ਹੈ ਜਿੱਥੇ ਵੇਖੋ ਉੱਥੇ ਆ ਜਾਂਦਾ ਏ ਜਿੱਥੇ ਵੇਖੋ ਉੱਥੇ ਪਹੁੰਚ ਜਾਂਦਾ ਕੁਐਸਚਨ ਹੈ ਤਾਂ ਇਹਦਾ ਆਨਸਰ ਤਾਂ ਤੁਸੀਂ ਦੋਗੇ ਮੈਂ ਤਾਂ ਨਹੀਂ ਦਿੰਦਾ ਨਾ ਭਾਈ ਮੈਂ ਤਾਂ ਨਹੀਂ ਦਿੰਦਾ ਨਾ ਮੈਂ ਬੋਲਾਂ ਨਾ ਮੈਂ ਦਵਾ ਹੁਣ ਤੁਹਾਡਾ ਕੰਮ ਤੁਸੀਂ ਜਾਣੋ ਜਲਦੀ ਇਹ ਕੁਐਸਚਨ ਮੈਂ ਬਾਧੂਵਰ ਕਰਾਤਾ ਭਾਈ ਐਡੀ ਗੱਲ ਬਾਤ ਹੋਈ ਪਈ ਐ ਕੁਐਸਚਨ ਦੀ ਤਾਂ ਸੱਚੀ ਐਡੀ ਗੱਲ ਬਾਤ ਹੋਈ ਪਈ ਤਾਂ ਲਿਖ ਕੇ ਆਨਸਰ ਪੂਰਾ ਪੂਰਾ ਦੋ ਭਈ ABCD ਨਹੀਂ ਚੱਲੂਗਾ ਤਸ਼ੀਤਲ ਆ ਗਈ ਵੀ ਸ਼ੀਤਲ ਵੈਲਕਮ ਟੂ ਸ਼ੀਤਲ ਤਸ਼ੀਤਲ ਨੇ ਆਂਦੇ ਹੀ ਨੇਰੀ ਬਾਤੀ ਹਾਂ ਸ਼ਬਦੀਪ ਦਾ ਵੀ ਆ ਗਿਆ ਤੇ ਪਿੰਕ ਪਿੰਕ ਦਾ ਹੋਇਆ ਗਿਆ ਤੇ ਰਾਣੀ ਦਾ ਵੇਖ ਤੇ ਜਗਜੀਤ ਸਿੰਘ ਭਾਈ ਵੇਖੀ ਇਹ ਨਾ ਬਈ ਕਰਦੇ ਆਂਸਰ ਕੋਈ ਚੱਕਰ ਨਹੀਂ ਕਮਲ ਕਿੱਥੇ ਹੈ ਕਮਲ ਦੱਸੋ ਕੋਮਲ ਬਈ ਤੂੰ ਵੀ ਆਨਸਰ ਦੇ ਦੇ ਭੈਣ ਛੇ ਦੀ ਆਣ ਦੋ ਹਾਂ ਡੀ ਫੋਰ ਡਾਲਰ ਪ੍ਰੀਤਿਆ ਦੇ ਡੀ ਫੋਰ ਡਾਲਰ ਹਰਜਿੰਦਰ ਕੌਰ ਕਹਿੰਦੇ ਡੀ 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 ਤਾਂ ਥਾ ਥਾ ਤੇ ਡੀ ਡੀ ਹੋਈ ਪਈ ਡੀ 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 ਤੇ ਨਵਾਕ ਜੋਕੋਵਿਚ ਇਜ਼ ਰਾਈਟ ਆਨਸਰ ਕੌਣ ਹੈ ਯੂਐਸਓਪਨ 2023 ਦਾ ਟਾਈਟਲ ਕੌਣ ਲਗਿਆ ਜੋਕੋਵਿਚ ਠੀਕ ਹੈ ਭਾਈ ਮੈਂਸ ਲੋਜੀ ਸਾਰਾ ਪੜ ਲਿਓ ਭਾਈ ਕੁਐਸਚਨ ਬਾਲੇ ਐ ਬਾਲੇ ਨਹੀਂ ਰਿਭਾਉਣੀ ਐ ਛੇਦੀ ਕਰੋ ਵਿਚ ਵਨ ਟਾਈਟਲ ਫੀਫਾ ਇਕਾਵਾ ਆਈ ਹੈ ਫੀਫਾ ਫੀਫਾ ਇਕ ਵਾਰ ਪੜਾਂਗੇ ਫੀਫਾ ਉਹ ਬਾਸਕਟਬਾਲ ਹੈ ਇਹ ਫੁੱਟਬਾਲ ਹੈ ਉਹ ਬਾਸਕਟਬਾਲ ਹੈ ਭਾਈ ਇਹ ਹੈਗਾ ਫੀਫਾ ਤਾਂ ਫੀਫਾ ਚ ਊਮਨ ਕਿਹਣੀ ਲੱਗੀ ਵਰਲਡ ਕੱਪ ਊਮਨ ਵਰਲਡ ਕੱਪ 2023 ਕਿਹੜੀ ਕੰਟਰੀ ਲੱਗੀ ਭਈ ਇਹਨਾਂ ਚੋਂ ਊਮਨ ਊਮਨ ਵਰਲਡ ਕੱਪ ਦੱਸੋ ਮੈਨੂੰ ਲੱਗਦਾ ਵੀ ਤੁਹਾਡੇ ਤੋਂ ਨਹੀਂ ਦੱਸਿਆ ਜਾਣਾ ਮੈਨੂੰ ਔਖਾ ਲੱਗ ਰਿਹਾ ਤੁਹਾਡਾ ਬੜਾ ਔਖਾ ਲੱਗ ਰਿਹਾ ਭਾਈ ਕੋਈ ਹੈ ਭਾਈ ਦੱਸਣ ਵਾਲਾ ਵਿਚ ਵੋਂ ਦਾ ਟਾਈਟਲ ਫੀਫਾ ਉਹ ਵੀ ਊਮਨ ਕੁਐਸਚਨ ਊਮਨ ਦੇ ਆ ਲੋ ਭਾਈ ਮੈਂ ਕਹਿੰਨਾ ਸ਼ੁਭਦੀਪ ਤਨੇਰੀ ਪਾਈ ਜਾਂਦੀ ਹੈ ਭਾਈ ਇਹ ਨਹੀਂ ਹਟਦੀ ਆ ਜਗਜੀਤ ਵੀ ਆ ਗਿਆ ਰਾਣੀ ਵੀ ਆ ਗਈ ਸਾਰੇ ਆ ਗਏ ਭਈ ਸਾਰੇ ਮੈਂ ਕਹਿੰਦਾ ਇਹ ਤਾਂ ਨਹੀਂ ਛੱਡਦੇ ਭਈ ਇਹ ਤਾਂ ਬਾਹਲੇ ਘੰਟ ਹੈ ਭਈ ਇਹ ਤਾਂ ਇਹ ਮੈਂ ਕਹਿੰਦਾ ਇਹ ਕਰਨਗੇ ਪੇਪਰ ਪਾਸ ਇਹ ਪਾੜਨਗੇ ਪੇਪਰ ਤਾਂ ਜਲਦੀ ਜਲਦੀ ਆਨਸਰ ਆ ਗਿਆ ਗੁਰੀ ਦਾ ਵੀ ਆ ਗਿਆ ਸ਼ੀਤਲ ਦਾ ਵੀ ਆ ਗਿਆ ਤਾਂ ਰਾਈਟ ਆਨਸਰ ਕੀ ਹੈ ਸਪੇਨ ਵੈਰੀ ਗੁੱਡ ਕੀ ਆ ਗਿਆ ਭਈ वूमेन वर्ल्ड कप ਮੈਂ ਕਹਿੰਦਾ ਜਿੱਥੇ वूਮਨ ਦਿਖ ਜੇ ਉਹ ਕੁਐਸਚਨ ਬਹੁਤ ਇੰਪੋਰਟੈਂਟ ਹੋ ਜਾਂਦਾ ਬਹੁਤ ਇੰਪੋਰਟੈਂਟ ਮੈਂ ਕਹਿੰਦਾ ਐਗਜ਼ਾਮੀਨਰ ਨੇ वूਮਨ ਤੇ ਹੀ ਪਾਉਣਾ ਕੋਈ ਨਾ ਕੋਈ ਕੁਐਸਚਨ ਧਿਆਨ ਨਾਲ ਵੇਖ ਲਿਓ ठीक है भाई होस्ट कंट्री ऑस्ट्रेलिया न्यूजीलैंड स्पेन जीत गई सी अगला आ गया जिमें मैं क्या जी फीफा ओवे आ गया फीबा जिमें बोल रहा मैं फीफा ओवे आ गया फीबा की आ गया फीबा बा मतलब बास्केटबॉल वो सीगा फुटबॉल ये है बास्केटबॉल उनको लगा विच कंट्री वोन इन्हें होस्ट नहीं पूछा वोन पूछा पहला पढ़ लिया करो टाइटल 2023 दा फीबा बास्केट ਵਰਲਡ ਕੱਪ ਇਹਨਾਂ ਚਾ ਕੋਣ ਕੋਣ ਲੈ ਗਿਆ ਭਈ ਕੋਣ ਜਿੱਤ ਗਿਆ ਦੱਸੋ ਜੁਕੇ ਕੁਲਵਿੰਦਰ ਕੌਰ ਗੁੱਡ ਇਵਨਿੰਗ ਲੇਟ ਆਏ ਹੋ ਭਈ ਲੇਟ ਆਏ ਹੋ ਦੱਸੋ ਭਾਈ ਵੈਰੀ ਗੁੱਡ ਕੀ ਆਇਆ ਆਨਸਰ ਲੈ ਵੀ ਸ਼ਬਦੀਪ ਦੱਸੂ ਰਾਣੀ ਦੱਸੂ ਜਾਂ ਸ਼ਬਦੀਪ ਦੱਸੂ 10 ਪਏ 10 6 ਦੀ ਗੱਲ ਮਾਰ ਦੋ ਤੂੰ ਕਾ ਨਹੀਂ ਸਮਝ ਆਉਂਦਾ ਲੈ ਕਮਲ ਦਾ ਵੀ ਆ ਗਿਆ ਤੇ ਜਗਜੀਤ ਸਿੰਘ ਵੀ ਲਿਖ ਕੇ ਡਿਲੀਟ ਕਰ ਗਿਆ ਲੋ ਜੀ ਬਾੜਾ ਸ਼ਿਰਾਲ ਆ ਗਏ ਭਾਈ ਇੱਕ ਹੋਰ ਆ ਜਵੇ ਬਸ ਇੱਕ ਇੱਕ ਦੀ ਹੋਰ ਡਿਮਾਂਡ ਹੈ ਇੱਕ ਦੀ ਸਰੋਜ ਆ ਗਈ ਵੀ ਸਰੋਜ ਆ ਗਈ ਕੋਮਲ ਹੁਣ ਆਈ ਹੈ ਭਾਈ ਕਿੱਥੇ ਗਈ ਸੀ ਭਾਈ ਹਾਂ ਮੈਨੂੰ ਲੱਗਦਾ ਕਿਚਨ 'ਚ ਹੀ ਗਈ ਸੀ ਵੈਰੀ ਗੁੱਡ ਵੀ ਤੁੱਕਾ ਨਹੀਂ ਵੀ ਬੀਬੂ ਤੁੱਕਾ ਨਹੀਂ ਹੈ ਪ੍ਰੀਤ ਜਰਮਨੀ ਓਕੇ ਰਿਪੋਰਟ ਹੈ ਕੰਮ ਹਾਂ ਵਾਹ ਜੀ ਵਾਹ ਟੈਂਪੋ ਸਾਰੇ ਸਿੱਧਾ ਹੋ ਗਿਆ ਡੇਡੇ ਤੋਂ ਸਿੱਧਾ ਹੋ ਗਿਆ ਬਾਸਕਟਬਾਲ ਕੌਣ ਜਿੱਤ ਗਿਆ ਜਰਮਨੀ ਨੈਕਸਟ ਪਲੀਜ਼ ਇਹ ਵੀ ਪੜ ਲਿਓ ਬਈ ਆਪੇ ਆਪਾਂ ਤਾਂ ਕੁਐਸਚਨਾਂ ਦੀ ਬਰਮਾਰ ਕਰਨੀ ਅੱਜ ਮੈਂ ਕਹਿੰਦਾ ਨੇਰੀ ਪਾ ਦੇ ਨੇਰੀ ਜਿਨ੍ਹਾਂ ਨੇ ਅੱਜ ਵਾਲਾ ਲੈਕਚਰ ਪ੍ਰੋਪਰ ਸਹੀ ਤਰੀਕੇ ਨਾਲ ਨੋਟ ਕਰ ਲਿਆ ਜਾਂ ਦਿਮਾਗ 'ਚ ਫਿਟ ਕਰ ਲਿਆ ਨਾ ਮੈਂ ਕਹਿੰਦਾ ਉਹ ਬੰਦਾ ਸਪੋਰਟਸ ਵਿੱਚ ਤਾਂ ਨਹੀਂ ਹਟਦਾ ਸਪੋਰਟਸ ਦੇ ਕਰੰਟ ਅਫੇਅਰ ਚ ਜਿਹੜਾ ਵੀ ਕੁਐਸਚਨ ਆ ਜਾਵੇ ਮੈਂ ਕਹਿੰਦਾ ਥੱਲੇ ਲੱਗਣ ਹੀ ਨਹੀਂ ਦਿੰਦਾਗਾ ਵੈਰੀ ਗੁੱਡ ਤਾਂ ਅੱਗੇ ਗੱਲ ਕਰਾਂਗੇ ਚੈਸ ਦੀ ਗੱਲ ਕਰਾਂਗੇ ਚੈਸ ਦਾ ਚੈਸ ਦਾ 83 ਗ੍ਰੈਂਡਮਾਸਟਰ ਆਫ ਇੰਡੀਆ ਵਰਲਡ ਕੱਪ ਤਾਂ ਚਲੋ ਆਪਾਂ ਪਾੜ ਹੀ ਲਿਆ ਮੈਗਨਸ ਸੀਗਾ ਇਹ ਇੰਡੀਆ ਦੀ ਗੱਲ ਕਰ ਰਹੇ ਆ ਇਹਨਾਂ ਚੋਂ ਭਈ ਗ੍ਰੈਂਡਮਾਸਟਰ ਕਿਹੜਾ ਹੈ ਕਿਹੜਾ ਮਾਸਟਰ ਆ ਭਈ ਚੈਸ ਵਾਲਾ ਦਿਮਾਗੀ ਬੰਦਾ ਸਰ ਹਾਂ ਮੈਂ ਦੱਸਤਾ ਨਾ ਕੋਮਲ ਗਈ ਸੀ ਆਵੇ ਕਹਿੰਦੇ ਜੂਸ ਪੀਣ ਗਈ ਸੀ ਨਾ ਨਾ ਸ਼ਬ ਸ਼ਬ ਨਾ ਮੈਂ ਮੰਨਦਾ ਭਾਈ ਨਾਮ ਪੜਿਆ ਪੜਿਆ ਲੱਗਦਾ ਪਰ ਇਹ ਗ੍ਰੈਂਡ ਮਾਸਟਰ ਨਹੀਂ ਹੈ ਉਹ ਵੀ 83 ਵਾਲਾ ਨਾ ਦਿਮਾਗ ਲਗਾਓ ਦਿਮਾਗ ਦੱਸੋ ਗੁਕੂ ਨੋ ਗੁਕੂ ਸ਼ਿਤਲ ਨੋ 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 ਲੋ ਜੀ ਦੋ ਤਿੰਨ ਗਲਤ ਹੋ ਗਏ ਹੁਣ ਮੇਰੀ ਵਾਰੀ ਤੁਹਾਡੀ ਵਾਰੀ ਖੰਮ

हाँ 81 सिगा सत्यन दास ठीक है एटी टू सिगा भूपल्ला ठीक है भाई अब आदित्य संबंध इज राइट आंसर 83 थ्री है पूछा एटी थ्री है नोट कर लेना भैया नेक्स्ट टाइटल केड़ आ गया हूं आप फ्रेंच ओपन पढ़ के गए हैं ये है डब्लू विमल्टन टाइटल 2023 हजार तेई एना चो कौन ले गया वो भी मैन सिंगल दसो मान सिंगल ਆਪਾਂ ਪਹਿਲਾ ਪੜ੍ਹ ਗਏ ਹਾਂ ਫ੍ਰੈਂਚ ਓਪਨ ਇਹ ਹੈ ਵਿਮਲਡਨ ਓਪਨ 2023 ਹਾਂ ਮੈਂ ਤਾਂ ਦੱਸਤਾ ਆ ਦੱਸੋ ਵੀ ਇਹ ਬਾਲਾ ਕੈਂਟ ਹੈ ਵੈਰੀ ਗੁੱਡ ਆਨਸਰ ਆਣ ਲੱਗ ਗਿਆ ਹਾਂ ਗਿਆ ਪਿੰਕ ਪਿੰਕ ਦਾ ਵੀ ਆ ਗਿਆ ਤਾਂ ਕੀ ਆਨਸਰ ਆ ਗਿਆ ਚਾਰ ਬੰਦੇ ਦਾ ਮੈਂ ਆਨਸਰ ਬੇਕੂਗਾ ਉਹਦੇ ਬਾਅਦ ਮੈਂ ਡਿਕਲੇਅਰ ਕਰ ਦਿਆ ਕਰੂੰਗਾ ਆਨਸਰ ਕੁਐਸਚਨ ਬਾਹਲੇ ਆ ਭਾਈ 6 ਦੀ ਕਰੋ 6 ਦੀ ਖੱਚ ਕੇ ਆਣ ਦੋ ਖੱਚ ਕੇ ਵੈਰੀ ਗੁੱਡ ਤਾਂ ਕੀ ਆਨਸਰ ਆ ਗਿਆ ਹਵਾ ਜੀ ਕੋਮਲ ਦਾ ਵੀ ਕੁਲਵਿੰਦਰ ਕੌਰ ਦਾ ਵੀ ਸ਼ਿਦਲ ਦਾ ਵੀ ਤਾਂ ਕੀ ਆਨਸਰ ਹੈ ਭਾਈ 카ਰਲੋਸ ਕੀ ਹੈ 카를로스 카를로스 ਡਬਲੂ ਓਪਨ ਠੀਕ ਹੈ ਭਾਈ ਵੈਰੀ ਗੁੱਡ ਟਾਈਟਲ ਕਿਹੜਾ 카를로스 ਨੂੰ ਸਪੇਨ ਦਾ ਬੰਦਾ ਆਪਣਾ 카를로ਸ ਅਲਕਰਾਸ ਠੀਕ ਹੈ ਭਾਈ ਡਿਫਾਇਟ ਕਿਹਨੂੰ ਕੀਤਾ ਸੀਗਾ ਨੋਵਾਕ ਜੋਕੋਵਿਕ ਸਰਬੀਆ ਦਾ ਹੈਗਾ ਲੋ ਜੀ ਅਗਲਾ ਕੁਐਸਚਨ ਕਬੜੀ 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 ਐਸ਼ੀਅਨ ਕਬੜੀ ਐਸ਼ੀਅਨ ਕਬੜੀ ਕਬੜੀ ਸਸ਼ਰੇਗਾਲ ਜਗਦੀਪ ਸਿੰਘ ਜੀ ਬਾਹਲੇ ਲੇਟ ਆਇਓ ਬਾਹਲੇ ਲੇਟ ਆਇਓ ਬਈ ਬਾਹਲੇ ਲੇਟ ਆਇਓ ਡੇਲੀ 6 ਵਜੇ ਆਇਆ ਕਰੋ ਪੂਰਾ ਖਾੜਾ ਲੱਗਦਾ ਇੱਥੇ ਮੈਂ ਕਹਿੰਦਾ ਨਜ਼ਾਰੇ ਆਏ ਦੇ ਤਾਂ ਜਗਦੀਪ ਸਿੰਘ 6 ਵਜੇ ਆਨਸਰ ਦੱਸੋ ਵਿਚ ਕੰਟਰੀ ਵਾਨ ਜੇ ਨਹੀਂ ਆਂਦਾ ਮੈਂ ਦੱਸ ਦੂੰਗਾ ਟੈਨਸ਼ਨ ਨਹੀਂ ਲੈਣੇ ਬਸ ਵਾਨ ਏਸ਼ੀਆ ਕਬੱਡੀ 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 ਇਹਨਾਂ ਚੋਂ ਕਿਹੜਾ ਜਿੱਤ ਗਿਆ ਵੀ ਕਬੱਡੀ 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 ਤਾਂ ਵੈਰੀ ਗੁੱਡ ਪਿੰਕ ਪਿੰਕ ਵੀ ਦੱਸ ਗਈ ਤੇ ਰਾਣੀ ਦਾ ਵੀ ਆ ਗਿਆ ਤੇ ਸ਼ਬਦੀ ਵੀ ਆ ਗਿਆ ਤੇ ਸਰੋਜ ਵੀ ਆ ਗਿਆ ਤੇ ਜਗਜੀਤ ਭਾਈ ਬੋਲ ਭਾਈ ਬੋਲ 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 ਏਡੀਓ ਕਿੱਥੇ ਗਏ ਹਾਂ ਤਾਂ ਕੀ ਆਨਸਰ ਆ ਗਿਆ ਤੇ ਕਬੱਡੀ ਕੌਣ ਜਿੱਤ ਗਿਆ ਆਪਣੀ ਇੰਡੀਆ ਵੈਰੀ ਗੁੱਡ ਕੌਣ ਜਿੱਤ ਗਿਆ ਇੰਡੀਆ ਤਾਂ ਨੋਟ ਕਰ ਲਓ 2023 ਦਾ एशिया कबड्डी चैंपियनशिप 2023 इंडिया इंडिया नेक्स्ट प्लीज हम गल करा जिम्मे कबड्डी है उस तरह कंट्री ओन द टाइटल 2023 हजार तेई एस ए डबल एफ हा चैंपियनशिप ए भी, भी इंडिया जीत्या है कबड्डी भी साउथ तो एशिया फुटबॉल फैडरेशन होस्ट की है इंडिया ने विनर भी इंडिया रनरअपी सुनील छेत्री आज पढ़ा के गए तो बेस्ट तॉप कौन सी सुनील छेत्री 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 छेत्री, छेत्री, छेत्री. ठीक है भाई तक कबड्डी तो फुटबॉल कौन जीत गए इंडिया इंडिया हुई पी था था थां तो इंडिया हुई पी चलो जी अगला वूमेन सिंगल मैं गल करूंगा यूएस ओपन च वूमेन सिंगल पूछे नाउ डे मैन सिंगल फ्रेंच ओपन पढ़ लिया हाँ फ्रेंच ओपन हो गया विंबलडन हो गया ऑस्ट्रेलियन ओपन भी पढ़ लिया हाँ ऑस्ट्रेलियन ओपन भी कर लिया सी हूँ पूछे इन्होंने यूएस ओपन दो ਤਾ ਉਹ ਕੋਣ ਹੈ ਭਾਈ ਇਹਦੇ ਚੋਂ ਇਹ ਹੈ ਅਨਸਰ ਆ ਰਹੇ ਆ ਰਹੇ ਨਹੀਂ ਆਂਦਾ ਮੈਂ ਦੱਸੂਗਾ ਵਾਜੂਦਾ ਬੀ 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 ਉਹ ਵੂਮਨ ਪੁੱਛੀ ਹੈ ਉਹ ਆਤਾ ਹੈ ਪਹਿਲਾਂ ਤਾਂ اےਓ ਆਸਟ੍ਰੇਲੀਅਨ ਆਪਾਂ ਦੀ Winner ਹੈ 2024 ਦੀ ਇਹਦਾ ਅਨਸਰ ਹੈ ਕੋਕੋ ਉਹ ਵੀ 2023 ਪੁੱਛਿਆ ਭਾਈ ਲੋਗੋ ਆਤਾ ਆਰਿਆਨ ਤਾਂ 2024 ਦੀ ਸੀ ਜਿੱਤ ਗਈ ਜਿਹੜੀ ਹੁਣੇ ਹੀ ਜਨਵਰੀ ਚ ਆਰੀਆਨ ਆਸਟ੍ਰੇਲੀਆ ਨਾ ਪੁੱਛਿਆ ਇਹਨੇ ਪੁੱਛਿਆ ਯੂਐਸਪੀ ਬੱਬਰ ਨੂੰ ਵੀ 2023 ਦਾ ਤਾਂ ਕੋਕੋ ਐ ਵੀ ਕੋਕੋ ਹਾਂ ਕੋਕੋ ਠੀਕ ਹੈ ਭਾਈ ਹਾਂ ਪਿੰਕ ਪਿੰਕ ਦਾ ਹੋ ਗਿਆ ਸੀ ਗਲਤ ਹੁਣ ਓਕੇ ਰਿਪੋਰਟ ਤਾਂ ਕੋਕੋ ਕਰ ਲੈ ਵੀ ਕੋਕੋ ਕੋਕੋ ਹਾਂ ਮੇਰਾ ਰਾਈਟ ਹੈ ਮੇਰਾ ਕੋਕੋ ਹਾਂ ਵੈਰੀ ਗੁੱਡ ਹੁਣ ਸਮਝ ਆ ਗਿਆ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਨਹੀਂ ਭੁੱਲਦੇ ਕਹਿੰਦੇ ਵਿਚ ਕੰਟਰੀ ਵਨ ਦਾ ਮੈਕਸਿਮਮ ਮੈਡਲ ਬੋਲੇ ਮੈਡਲ ਬਾਲੇ ਮੈਡਲ ਕੌਣ ਲੈ ਕੇ ਭਈ ਉਹ ਵੀ ਵਰਲਡ ਐਥਲੀਟਸ ਚੈਂਪੀਅਨਸ਼ਿਪ ਚ ਕੌਣ ਲੈ ਕੇ ਦੱਸੋ ਆਣ ਦੋ ਆਣ ਤੋਂ ਖਿੱਚ ਦੋ ਤਿਆਰੀ ਡੇਲੀ 6 ਵਜੇ ਸ਼ਾਮੀ ਆ ਜਾ ਕਰੋ ਪੂਰਾ ਖਾੜਾ ਲੱਗਦਾ ਮੈਂ ਕਹਿੰਦਾ ਨਜ਼ਾਰੇ ਆਂਦੇ ਹੋਣੇ ਹਾਂ ਜੀ ਕੇ ਤਾਂ ਆਪਾਂ ਖਾ ਜਾਂਗੇ ਖਾ ਹਾਂ ਲਾਈਵ ਆਇਆ ਕਰੋ ਨਜ਼ਾਰੇ ਉਹਦੇ ਪੂਰੇ ਆਉਣਗੇ ਤਾਂ ਮੰਡੇ ਤੋਂ ਲੈ ਕੇ ਵੀਰਵਾਰ ਤੱਕ ਮਤਲਬ ਥਰਸਡੇ ਤੱਕ ਤੁਹਾਨੂੰ ਟੌਪਿਕ ਮਿਲਿਆ ਕਰੂਗਾ ਫਰਡੇ ਜਿਵੇਂ ਅੱਜ ਆਉਂ ਮੈਂ ਕਰੰਟ ਅਫੇਅਰ ਮਿਲਿਆ ਕਰਨਗੇ ਉਹ ਵੀ ਅੱਜ ਮੈਂ ਸਪੋਰਟਸ ਰਿਲੇਟਡ ਹੈ ਤੇ ਸੈਟਰਡੇ ਨੂੰ ਕੀ ਮਿਲਿਆ ਕਰੂਗਾ ਵੀਕਐਂਡ ਦਾ ਵਾਰ ਜਿੰਦੇ ਵਿੱਚ ਸਾਰਾ ਕੁਝ ਪੜਿਆ ਪੜਾਇਆ ਖਿੱਚ ਕੇ ਨੇਰੀ ਪਾਇਆ ਕਰਾਂਗੇ ਸਾਰੇ ਤਾਂ ਇਹਦਾ ਆਨਸਰ ਭਈ ਯੂਐਸਏ ਹੈ ਨਾਟ ਇੰਡੀਆ ਇਟਸ ਕੋਲ ਯੂਐਸਏ ਨੋਟ ਕਰ ਲੈਣਾ ਭਈਆ ਯੂਐਸਏ ਜਿਹੜਾ ਕਿ ਬਾਲੇ ਮੈਡਲ ਲੈ ਗਿਆ ਇੰਡੀਆ ਨਹੀਂ ਹੈ ਯੂਐਸਏ ਹੈ ਅਗਲਾ ਦੇਖੋ ਪਾਰਾ

हाँ वेरी गुड चाइना इज राइट आंसर चाइना वेरी गुड ठीक है ये शबदेव तो पहला जो पढ़िया यूएसए पारा वाला है चाइना चाइना मोस्ट मेडल ओके होस्ट कंट्री फ्रांस इंपोर्टेंट तो तुम्हें दिते हैं पीडीएफ चढ़ लियो मैं होने पा दूंगा पीडीएफ ਉਹ ਕਹਿੰਦਾ ਵਨ ਦਾ ਟਾਈਟਲ 2023 ਦੁਲੀਪ ਟਰਾਫੀ ਕਿਹੜੀ ਟੀਮ ਜਿੱਤ ਗਈ ਉਹ ਜਿੱਤੀ ਹੈ ਨੋਟ ਕਰ ਲੋ ਸੌਖਾ ਕੁਐਸਚਨ ਹੈ ਚਲੋ ਸਾਊਥ ਜ਼ੋਨ ਹਨਾ ਇਹ ਕਟਾਊ ਆ ਇਹਨੂੰ ਛੱਡ ਦਿਓ ਨਹੀਂ ਆਣਾ ਇਹ ਅਗਲਾ ਪੜੋ ਮੈਨ ਸਿੰਗਲ ਹਾਂ ਇਹ ਪੜੋ ਵੀ ਇਹ ਇਹ ਕੰਮ ਦਾ ਵਨ ਦਾ ਮੈਨ ਸਿੰਗਲ ਫ੍ਰੈਂਚ ਓਪਨ ਫ੍ਰੈਂਚ ਓਪਨ ਪੁੱਛਿਆ 2023 ਫ੍ਰੈਂਚ ਓਪਨ ਆ ਦੱਸੋ ਗੱਲ ਆ ਗਈ ਫ੍ਰੈਂਚ ਓਪਨ ਦੀ ਯੂਐਸ ਓਪਨ ਪਾੜ ਲਿਆ ਵਿਮਲਨ ਪਾੜ ਲਿਆ ਫ੍ਰੈਂਚ ਓਪਨ ਆਸ਼ਰੇਨ ਓਪਨ ਪਾੜ ਲਿਆ ਵੈਰੀ ਗੁੱਡ ਆ ਦੱਸੋ ਭਾਈ ਤਾਂ ਰਾਣੀ ਦਾ ਆਨਸਰ ਆ ਗਿਆ ਹੈ ਤੇ ਔਰ ਹੁਣ ਨਾਲ-ਨਾਲ ਸੁਖ ਸੁਭਦੀਪ ਦਾ ਵੀ ਆ ਜਾਵੇ ਸ਼ੀਤਲ ਦਾ ਵੀ ਆ ਜਾਵੇ ਤੇ ਸਾਰਿਆਂ ਦਾ ਆ ਜਾਵੇ ਤਾਂ ਰਾਈਟ ਆਨਸਰ ਕੀ ਹੈ ਭਾਈ ਜੋ ਕੋ

ਮਸਕਟ ਫੋਰ 37 ਨੈਸ਼ਨਲ ਗੇਮ ਦੱਸੋ ਭਾਈ ਮਸਕਟ ਕੀ ਸੀਗਾ ਉਹ ਵੀ ਨੈਸ਼ਨਲ ਗੇਮ ਦਾ 6 ਦਿਨ ਦੀਦਾ ਤੋਂ ਖਿੱਚ ਕੇ ਤਿਆਰੀ ਕਰਦੋ ਹਾਂ ਈਗਾ ਪੜ ਲਈ ਆਪਾਂ ਈਗਾ ਨੱਚਦੀ ਪੂਰੀ ਪੂਰੀ ਕੱਚਤੀ 37 ਦੱਸ ਦੋ ਹੁਣ ਛੱਡ ਦੋ ਖੜਾ ਹੁੰਦਾ ਹੁਣ ਹੁਣ ਦੱਸੋ ਬਾਲਾ ਘੈਂਟ ਕੁਐਸਚਨ ਆ ਭਾਈ ਇਹ ਜੇ ਕੁਐਸਚਨ ਦਿਖਣਗੇ ਉਥੇ ਤੁਹਾਨੂੰ ਫੇਰ ਆਉ ਨਜ਼ਾਰੇ 37 ਓ ਵੈਰੀ ਗੁੱਡ ਮੈਨੂੰ ਆਲਾਦਾ ਸੀ ਇਹਦਾ ਤਾਂ ਆਂਸਰ ਦੇ ਹੀ ਨਹੀਂ ਪਾਉਂਗੇ। ਆ ਰਾਣੀ ਨੇ ਮਾਰਦੀ ਨੇਰੀ। ਵਾਹ ਜੀ ਵਾਹ। ਕੈਟ ਕੈਟ ਹੋਈ ਪਈ ਐ। ਸੀ 4 ਕੈਟ ਸੀ 4। ਲੋ ਜੀ ਕਹਿੰਦਾ ਮੋਗਾ ਮੋਗਾ ਬਰਨਾਲਾ 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 ਹੋਈ ਪਈ ਐ। ਮੋਗਾ ਬਰਨਾਲਾ ਲੁਧਿਆਣਾ। ਵਾਹ ਜੀ ਵਾਹ। ਤਾਂ ਮੋਗਾ ਮੋਗਾ ਹੋਈ ਪਈ ਭਾਈ। ਇਹ ਨਹੀਂ ਹਟਦੇ। ਇਹ ਤਾਂ ਪੇਪਰ ਕਰਨਗੇ ਪਾਸ। ਵਾਹ ਜੀ ਵਾਹ। ਆਣਗੇ ਨਜ਼ਾਰੇ ਪੂਰੇ-ਪੂਰੇ ਤੇ ਸੀ 4 ਕੈਟ ਮੋਗਾ ਇੱਜਾ ਰਾਈਟ ਆਂਸਰ। ਸਿਰਲ ਆਤਾ ਵੀ ਮਸਕਟ ਦਾਸਤਾ। ਮੋਗਾ ਦਿਖਾ ਦਿੰਨੇ ਆ ਮੋਗਾ ਐਜੇ ਉੱਥੋਂ ਦਾ ਮਤਲਬ ਆਹ ਲਾ ਲੋ ਵੀ ਉਹ ਜਿਹੜੇ ਬੁੱਲ ਹੁੰਦੇ ਨਾ ਬੁੱਲ ਹਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਰਿਪਰਜੈਂਟ ਦਾ ਇੰਡੀਅਨ ਵਿਜ਼ਨ ਹੁੰਦੇ ਆ ਤੁਸੀਂ ਵੇਖਿਆ ਹੋਊਗਾ ਪਹਾੜਾਂ ਤੇ ਹੁੰਦੇ ਪਹਾੜਾਂ ਚ ਹੈ ਮੋٹے ਮੋٹے ਹੁੰਦੇ ਭੈਸ ਵਰਗੇ ਹੁੰਦੇ ਆ ਉਹ ਉਹ ਸਿਗਾ ਦਾ ਆਈਕਨ ਤੇ ਹੋਇਆ ਸੀਗਾ 37 ਗੇਮ ਗੋਆ ਚ ਹੋਸਟ ਹੋਇਆ ਸੀਗਾ ਮੋਗਾ ਰਿਪਰਜੈਂਟ ਕੀਤਾ ਐਨ ਇੰਡੀਅਨ ਵਿਜ਼ਨ ਤੁਹਾਨੂੰ ਮੈਂ ਦੱਸਦਾ ਉਹ ਹੁੰਦੇ ਕਿਹੜੇ ਹੁੰਦੇ ਆ ਇਹ ਵੱਡੇ ਵੱਡੇ ਪੈਸੇ ਹੁੰਦੇ ਪੈਸੇ ਤਾਂ ਲਾਂਚ ਕੀਤਾ ਗੋਵਾ ਸਿਮ ਪ੍ਰਮੋਦ ਸਾਵੰਤ ਨੈਕਸਟ ਠੀਕ ਹੈ ਭਾਈ ਆ ਗਈ ਮੋਰ ਮੱਝ ਗਏ ਖਤਮ ਹੋ ਗਏ ਕਹਿੰਦੇ ਪੋਰ ਵਾਲੇ ਨੇ ਹੋਰ ਪੋਰ ਹੋਰ ਰੀਫਲ ਕਰੋ ਵੀ ਰੀਫਲ ਆਣ ਦੋ ਵੀ ਆਣ ਦੋ ਆਣ ਦੋ ਆਣ ਦੋ ਆਣ ਦੋ ਆਪੇ ਆ ਚੱਕੋ ਲੋ ਜੀ ਜਿਹੜੇ ਜਿਹੜੇ ਪੈਂਡਿੰਗ ਖੜੇ ਦੋ ਸਾਰੇ ਸਾਰੇ ਕਰ ਦੋ ਸਾਰੇ ਲੋ ਜੀ ਕਿਹੜੇ ਕਿਹੜੇ ਰੀਫਲ ਕਰਨੇ ਆ ਹੋਰ ਦੱਸੋ ਆਣ ਦੋ ਆਣ ਦੋ ਆਣ ਦੋ ਆਣ ਦੋ ਆਣ ਦੋ ਕੁਐਸਚਨ ਕੁਐਸਚਨ ਲੈਣੇ 6 3 6 3 ਲੋਜੀ 6 3 6 3 ਸੌਣਟ ਸਟਾਰਟ ਹੋ ਗਈ ਸੀ 1 2 3 4 5 6 ਤੇ 7 ਤੇ ਏ ਏ 8 ਤੇ 9 ਤੇ ਏ ਏ 10 11 ਤੇ ਇਹ ਲਾਸਟ ਵਾਲਾ ਹੋ ਗਿਆ 12 ਹੁਣ 6 6 ਦੇ ਦੱਸੋ ਕੁਐਸਚਨ ਹੀ ਕੁਐਸਚਨ ਲੈ ਆਇਆ ਹਲੋ ਨਵੇਂ ਕੁਐਸਚਨ ਆ ਗਏ ਉਹ ਕਹਿੰਦਾ ਵਿਚ ਟੀਮ ਵੋਨ ਦਾ ਟਾਈਟਲ ਔਮਨ ਪ੍ਰੀਮੀਅਰ ਲੀਗ ਡਬਲਯੂ ਪੀ ਐਨ ਦੀ ਗੱਲ ਕਰਾਂਗੇ ਕਿਹੜੀ ਟੀਮ ਇਹ ਤਾਂ ਕੁਐਸਚਨ 42 ਵਾਰ ਕਰਾਤਾ ਭਾਈ ਹਾਂ 42 ਵਾਰ ਬਾਲੀਵਾਰ ਖਤਮ ਹੋ ਗਿਆ ਜੀ ਕਲਾਸ ਨਹੀਂ ਨਹੀਂ ਲਓ ਆਪਾਂਗੇ ਤਾਂ ਖਤਮ ਕਰਦੇ ਆ ਭਾਈ ਬੈਠੇ ਆ ਭਾਈ ਤੁਸੀਂ ਆਨਸਰ ਦੇਣ ਵਾਲੇ ਬਣੋ ਡਬਲਯੂਪੀਐਲ 2023 ਦਾ ਕੌਣ ਜਿੱਤਿਆ ਭਾਈ ਛੇ ਦੀ ਦੱਸੋ ਇਹਦਾ ਬੜਾ ਜਾਲੀ ਕੁਐਸਚਨ ਆ ਗਿਆ ਭਾਈ ਮਨ ਤਾਂ ਐਸੀ ਕੋਈ ਵਧੀਆ ਰਿਫਲ ਹੋਊਗਾ ਇਹਦਾ ਰਿਫਲ ਹੀ ਨਹੀਂ ਹੋਇਆ ਸਹੀ ਹਾਂ ਪ੍ਰੀਤ ਜਸਨ ਨੇ ਤਾਂ ਬਿਸਨ ਪਾਤਾ ਭਾਈ ਇੰਡੀਅਨ ਬਿਸਨ ਵੈਰੀ ਗੁੱਡ ਤਾਂ ਆਹ ਕੌਣ ਹੈ ਭਈ ਇਹਦਾ ਆਨਸਰ ਹੈ ਮੁੰਬਈ ਇੰਡੀਅਨ ਵੈਰੀ ਗੁੱਡ ਚਲੋ ਅਗਲਾ ਕੁਐਸਚਨ ਵਿਚ ਕੰਟਰੀ ਵਨ ਦਾ ਟਾਈਟਲ ਚੌਥਾ ਏਸ਼ੀਅਨ खो 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 चैंपियन 2023 तो दसो भी कौन वॉन कर गया कौन जीते है ओ वुमेन पूछे भाई वुमेन तो ए बी सी डी ए बी सी डी अरे क्या कर रहे हो गलत आंसर दे रहे हो भाई हाँ खोखो बताओ खो खो तो खो खो कौन जीता है नोट श्रीलंका इट्स कोल्ड ए इंडिया ही जैसे कबड्डी जीती है इंडिया वैसे खो खो भी जीती है इंडिया ध्यान में रख लेना गलत करते रहते हैं कोई तो, तो कह रहा था मजा आएगा अब जब मिल बैठेंगे आप मैं और चलो जी अगले गल विच कंट्री गोन इंटर कॉन्टीन कप इंडिया टाइटल जो दसो भी, इंटर टाइटलोंटीनेंटल इंडिया है कि वोन पुछे है इन्हें पूछे वन दसो हां भारत भारत होगी खो खो भारत कबड्डी भारत खो खो भारत कबड्डी भारत दसो भाई छे तीन दसो हम गल करा इंटरकोटीनेंटल कप जल्दी जल्दी दसो भी दसो त भुवनेश्वर नोट कर लेना होस्ट किया भुवनेश्वर उड़ीसा च वो भी इंटर दो हजार तेईस इंडियन सैकंड ठीक है, भाई? तो की है भाई? इंडिया ठीक है सैकंड ठीक है भाई चलो अगे हम गल करा फीफा फीफा अंडर ट्वेंटी वर्ल्ड कप वन वॉन किया फीफा अंडर ट्वेंटी दसो तो भाई ਕਵੈਸਨ ਹਾਂ ਇੰਡੀਆ ਹੋਈ ਹੋਈ ਇੰਡੀਆ ਇੰਡੀਆ ਆਈਪੀ ਕਬੱਡੀ ਖੋਖੋ ਤੇ ਆ ਹੁਣੇ ਪੜ ਕੇ ਗਿਆ ਇੰਟਰਕੰਟੀਨੈਂਟਲ ਇੰਡੀਆ ਇੰਡੀਆ ਹਾਂ ਰਨਰਅਪ ਸੀ ਲਿਬਨਾਨ ਹੁਣ ਗੱਲ ਕਰਾ ਕੇ ਟਾਈਟਲ ਕਿਹੜਾ ਫੀਫਾ 120 ਇਹ ਤੋਂ ਬੱਲਾ ਫੀਫਾ ਪੜ ਗਿਆ ਆਪਾਂ ਇਹ ਅੰਡਰ 20 ਵਾਲਾ ਤਾਂ ਵਰਲਡ ਕੱਪ ਕੌਣ ਜਿੱਤ ਗਿਆ ਮੈਂ ਦੱਸ ਦੇਣਾ ਤੁਸੀਂ ਨਾ ਦੱਸੋ ਭਾਈ ਕੋਈ ਚੱਕਰ ਨਹੀਂ ਆਪਾਂ ਨੂੰ ਕਾਹ ਲੈ ਭਾਈ ਆਂਸਰਾਂ ਦੀ ਤਾਂ ਯੁਰਗੇ ਠੀਕ ਹੈ ਭਾਈ ਡੀ ਇਜ਼ ਰਾਈਟ ਆਂਸਰ ਅਗਲਾ ਕੁਐਸਚਨ ਮੈਨਜ਼ ਹੋਕੀ ਵੋਂ ਦਾ ਮੈਨਜ਼ ਹੋਕੀ ਜੂਨੀਅਰ ਏਸ਼ੀਆ ਕਪ ਟਾਈਟਲ ਆ ਦੱਸੋ ਭਾਈ ਹਾਂ ਮੈਨਜ਼ ਹੋਕੀ ਜੂਨੀਅਰ ਏਸ਼ੀਆ ਕਪ ਈਰਾਨ Oman ਪਾਕਿਸਤਾਨ ਇੰਡੀਆ ਈਰਾਨ Oman ਪਾਕਿਸਤਾਨ ਇੰਡੀਆ ਤਾਂ ਭਾਈ ਜੂਨੀਅਰ ਹੋਕੀ ਦੀ ਗੱਲ ਕਰ ਰਹੇ ਆਪਾਂ ਕਬੱਡੀ ਖੋਕੋ ਬਾਸਕਟਬਾਲ ਵੈਰੀ ਗੁੱਡ ਪ੍ਰੀ ਜਸ ਈਰਾਨ ਓਮਾਨ ਪਾਕਿਸਤਾਨ ਇੰਡੀਆ ਤਾਂ ਇੱਥੇ ਵੀ ਨਹੀਂ ਹਟਦਾ ਆਪਣਾ ਇੰਡੀਆ ਤਾਂ very good ਇੰਡੀਆ 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 ਲਓ ਜੀ ਇਹ ਬਾਲਾ ਜਾਲੀ ਕੁਐਸਚਨ ਆ ਗਿਆ IPL 2023 ਟਾਈਟਲ ਕੌਣ ਜਿੱਤਿਆ ਹੈ ਬਾਲਾ ਸੋਖਾ ਕੁਐਸਚਨ ਹੈ ਦੱਸੋ ਭਈ ਹੁਣ ਤੁਹਾਡੀ ਵਾਰੀ ਇਹ ਤਾਂ ਤੁਸੀਂ ਦੱਸ ਦਿਓ ਭਈ ਐਡਾ ਕੰਮ ਦਾ ਕਰ ਜੋ ਇਹਨੇ ਔਖੇ ਔਖੇ ਕਰਾਤੇ ਸੋਖਾ ਤਾਂ ਕਰਾ ਦਿਓ ਇਹ ਤਾਂ ਬਾਲਾ ਸੋਖਾ ਭਈ ਤਾਂ ਕੀ ਆਨਸਰ ਆ ਗਿਆ ਹਾਂ ਆਈਵੀ ਇੰਡੀਆ ਸਹੀ ਹੈ ਸਹੀ ਹੈ ਤਾਂ ਇਹਦਾ ਰਾਈਟ ਆਨਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਆਂਦੇ ਵੀ ਸੌਖਾ ਸੀ ਜਾਂਦੇ ਵੀ ਸੌਖਾ ਸੀ ਤਾਂ ਇਸੇ ਤਰ੍ਹਾਂ ਅੱਜ ਦੀ ਕਲਾਸ 'ਚ ਆਪਾਂ ਸਪੋਰਟਸ ਨੂੰ ਰਿਲੇਟਡ ਬੜਾ ਕੁਝ ਪੜਿਆ ਹਨਾ ਤੇ ਬੜੇ ਨਜ਼ਾਰੇ ਆਏ ਮੈਂ ਤੁਹਾਨੂੰ ਅਗੇਨ ਕਹਿ ਰਿਹਾ ਹਾਂ ਆਨਸਰ ਚੀਨਈ ਸੁਪਰ ਕਿੰਗ ਆ ਗਿਆ ਠੀਕ ਹੈ ਠੀਕ ਹੈ ਹੁਣ ਮੈਂ ਗੱਲ ਕਰੂੰਗਾ ਵੀ ਜਿਨ੍ਹਾਂ ਨੇ ਕੋਈ ਵੀ ਐਗਜ਼ਾਮ ਦੇਣਾ ਹੈ sports ਤੋਂ ਰਿਲੇਟਡ ਕੋਈ ਵੀ ਤੁਹਾਨੂੰ ਵੇਖਣਾ ਪੂਆ ਕਰੰਟ ਅਫੇਅਰ ਤਾਂ ਮੈਂ ਦੱਸ ਰਿਹਾ ਵੀ ਇਹ ਕੁਐਸਚਨਾਂ ਤੇ ਵਰਕ ਕਰ ਲਿਓ ਪੀਡੀਫ ਮੈਂ ਪੂਰੀ ਪੂਰੀ ਪਾ ਦੂੰਗਾ ਤੇ ਸਕਰੋਲ ਜਰੂਰ ਕਰ ਲਿਓ ਸਿਰ ਲੱਗ ਜੂ ਤੁਹਾਡਾ ਠੀਕ ਹੈ ਭਾਈ ਤਾਂ ਮਿਲਦੇ ਹਾਂ ਕੱਲ ਵੀਕਐਂਡ ਦੇ ਵਾਰ ਚ ਸਾਰੇ ਨੇ ਆਉਣਾ ਹੈ ਵੀਕਐਂਡ ਦਾ ਵਾਰ ਵੀਕਐਂਡ ਦਾ ਵਾਰ ਮਤਲਬ ਹੁੰਦਾ ਹੈ ਸੈਟਰਡੇ ਸਪੈਸ਼ਲ ਸੈਟਰਡੇ ਸਪੈਸ਼ਲ ਮੈਂ ਕੀ ਹੁੰਦਾ ਹੈ ਮੰਡੇ ਸੇ ਲੈ ਕੇ ਮੰਡੇ ਸੇ ਲੈ ਕੇ फ्राइडे तक जितना कुछ भी किया है सब कुछ आपके पास आएगा सब कुछ ठीक है भाई शाम को छ बजे मिलते हैं इसकी पीडीएफ आपको मिल जाएगी जीके विद सौरव अरोड़ा पे चलो जी ओके गुड बाय टाटा एंड सी यू